ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਇੱਕ ਵਾਰ ਫਿਰ ਗੱਲ ਕਰਾਂਗੇ ਭਾਰਤ ਅਤੇ ਪੰਜਾਬ 'ਚ ਵੱਧ ਰਹੇ ਭ੍ਰਿਸ਼ਟਾਚਾਰ ਦੀ। ਹਰ ਦਿਨ ਕੋਈ ਨਾ ਕੋਈ ਨਵਾਂ ਗਬਨ ਦਾ ਕੇਸ ਸਾਹਮਣੇ ਆਉਂਦਾ ਹੈ। ਦਿੱਲੀ 'ਚ ਉਦਯੋਗਪਤੀ ਵਿਜੇ ਮਾਲਿਆ ਦਾ ਕੇਸ ਚਰਚਾ 'ਚ ਅਤੇ ਇੱਧਰ ਪੰਜਾਬ 'ਚ ਅਨਾਜ ਦੀ ਖਰੀਦੋ ਫਰੋਖਤ ਦਾ। ਇਸ ਭ੍ਰਿਸ਼ਟਾਚਾਰ ਨਾਂ ਦੀ ਬਿਮਾਰੀ ਦਾ ਇਲਾਜ ਕੀ ਹੈ, ਇਸ ਉੱਪਰ ਅੱਜ ਆਪਾਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ। ਹੁਣ ਆਉਂਦੇ ਆਪਾਂ ਅੱਜ ਦੇ ਮਸਲੇ 'ਤੇ। ਪਿਛਲੇ ਕਈ ਸਾਲਾਂ ਤੋਂ ਮੁਲਕ ਦੇ ਵਿੱਚ, ਪੰਜਾਬ 'ਚ ਵੀ, ਮੁਲਕ 'ਚ ਵੀ, ਸਾਰੇ ਹਿੱਸਿਆਂ ਦੇ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਬਾਰੇ ਲਗਾਤਾਰ ਚਰਚਾਵਾਂ ਹੁੰਦੀਆਂ ਰਹੀਆਂ ਨੇ। ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਚਰਚਾਵਾਂ ਦੇ ਬਾਵਜੂਦ ਹਾਲੇ ਵੀ ਨਵੇਂ ਕੇਸ ਸਾਹਮਣੇ ਆ ਰਹੇ ਨੇ। ਅੱਜ ਕੱਲ੍ਹ ਦਿੱਲੀ 'ਚ ਬਹੁਤ ਚਰਚਿਤ ਕੇਸ ਹੈ ਉਦਯੋਗਪਤੀ ਵਿਜੇ ਮਾਲਿਆ ਦਾ। ਕਿਸੇ ਵੇਲੇ ਤੁਹਾਨੂੰ ਯਾਦ ਹੋਊਗਾ, ਉਹਨਾਂ ਨੂੰ ਚੰਗਿਆਂ ਸਮਿਆਂ ਦਾ ਬਾਦਸ਼ਾਹ ਯਾਨੀ ਕਿੰਗ ਆਫ ਗੁੱਡ ਟਾਈਮਸ ਕਿਹਾ ਜਾਂਦਾ ਸੀ। ਅੱਜ ਉਸੇ ਬੰਦੇ ਦੇ ਖਿਲਾਫ ਭਾਰਤ ਸਰਕਾਰ ਵੱਲੋਂ ਭਗੌੜੇ ਹੋਣ ਦੇ ਇਲਜ਼ਾਮ ਨੇ। ਉਸਨੇ ਬੈਂਕਾਂ ਦਾ ਕਰੀਬ, ਕੋਈ ਛੋਟਾ ਮੋਟਾ ਪੈਸਾ ਨਹੀਂ, 7,000 ਕਰੋੜ ਰੁਪਈਆ ਦੇਣਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਉਸ ਉੱਪਰ ਨਜਾਇਜ਼ ਢੰਗ ਨਾਲ ਬਾਹਰ ਪੈਸਾ ਭੇਜਣ ਦਾ, ਜਿਹਨੂੰ ਆਪਾਂ ਮਨੀ ਲਾਂਡਰਿੰਗ ਕਹਿੰਦੇ ਹਾਂ, ਉਹਦਾ ਕੇਸ ਦਰਜ ਕੀਤਾ ਹੈ। ਵਿਰੋਧੀ ਧਿਰਾਂ ਦੇ ਪ੍ਰੈਸ਼ਰ ਹੇਠ ਸਰਕਾਰ ਨੇ ਉਹਦਾ ਪਾਸਪੋਰਟ ਜਿਹੜਾ ਸਸਪੈਂਡ ਕੀਤਾ ਵਾ। ਵਿਜੇ ਮਾਲਿਆ ਦਾ ਕੇਸ ਕੋਈ ਇਕੱਲਾ ਕੇਸ ਨਹੀਂ, ਬਹੁਤ ਸਾਰੇ ਉਦਯੋਗਪਤੀਆਂ ਨੇ ਬੈਂਕਾਂ ਦੇ ਪੈਸੇ ਦਾ ਗਬਨ ਕੀਤਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਪਾਸੇ ਤਾਂ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਹੋਰ ਥਾਵਾਂ ਦੇ ਕਿਸਾਨਾਂ ਦੀ ਜਾਇਦਾਦ ਜਿਹੜੀ ਆ ਅਤੇ ਜਾਂ ਜ਼ਮੀਨ ਆ, ਉਹਨੂੰ 2-4 ਲੱਖ ਵਾਸਤੇ ਉਹਦੇ ਪਿੱਛੇ ਨਿਲਾਮ 'ਤੇ ਜ਼ਬਤ ਕਰ ਲਿਆ ਜਾਂਦਾ, ਜ਼ਬਤ ਦੇ ਹੁਕਮ ਹੋ ਜਾਂਦੇ ਆ। ਕਈ ਵਾਰਾਂ ਵਿਚਾਰਾ ਘਬਰਾ ਕੇ ਖੁਦਕੁਸ਼ੀ ਕਰ ਲੈਂਦਾ 2-4 ਲੱਖ ਵਾਸਤੇ, ਅਤੇ ਦੂਜੇ ਪਾਸੇ ਵੱਡੇ ਉਦਯੋਗਪਤੀਆਂ ਨੂੰ ਕਰੋੜਾਂ ਰੁਪਈਏ ਮੁਆਫ ਕਰ ਦਿੱਤੇ ਜਾਂਦੇ ਆ। ਇਹ ਭ੍ਰਿਸ਼ਟਾਚਾਰ ਦਾ ਕੀੜਾ ਸਾਡੀ ਅਫਸਰਸ਼ਾਹੀ ਅਤੇ ਰਾਜਨੀਤੀ ਉੱਤੇ ਵੀ ਹਾਵੀ ਹੈ। ਕਰੀਬ ਹਰ ਸਰਕਾਰ ਆਪਣੇ ਤੋਂ ਪਹਿਲੀ ਸਰਕਾਰ ਉੱਪਰ ਭ੍ਰਿਸ਼ਟਾਚਾਰ ਦੇ ਅਨੇਕਾਂ ਕੇਸ ਫਰੋਲਦੀ ਆ ਅਤੇ ਦਰਜ ਕਰਦੀ ਆ। ਪਰ 1-2 ਕੇਸਾਂ ਨੂੰ ਛੱਡ ਕੇ ਸ਼ਾਇਦ ਹੀ ਕਿਸੇ ਸਿਆਸੀ ਲੀਡਰ ਨੂੰ ਜੇਲ੍ਹ ਹੋਈ ਹੋਵੇ। ਹਾਂ, ਆਪਣੇ ਨਾਲ ਦਾ ਰਾਜ ਜਿਹੜਾ ਹਰਿਆਣਾ, ਉੱਥੇ ਜਿਹੜਾ ਕੇਸ ਸਾਹਮਣੇ ਆਇਆ ਵਾ ਓਮ ਪ੍ਰਕਾਸ਼ ਚੌਟਾਲਾ ਦਾ, ਉਹਦੇ ਪਰਿਵਾਰ ਦਾ, ਇਹ ਜ਼ਰੂਰ ਇਸ ਵੇਲੇ ਅੰਦਰ ਨੇ, ਨਜ਼ਰਬੰਦ ਨੇ। ਸਿਆਸੀ ਲੀਡਰਾਂ ਵਾਸਤੇ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰਨਾ ਨਾ ਤਾਂ ਫਿਕਰ ਅਤੇ ਨਾ ਹੀ ਸ਼ਰਮ ਦੀ ਗੱਲ ਜਾਪਦੀ ਹੈ। ਕਈ ਇਹੋ ਜਿਹੇ ਲੀਡਰ ਨੇ ਜਿਹੜੇ ਅੱਜ ਜੇਲ੍ਹ ਸੀਗੇ ਅਤੇ ਕੱਲ੍ਹ ਮੁੱਖ ਮੰਤਰੀ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ, ਜੈਲਲਿਤਾ ਇੱਕ ਟਿਪੀਕਲ ਉਦਾਹਰਣ ਆ ਇਸੇ ਮਾਮਲੇ ਦੇ ਵਿੱਚ। ਇੱਧਰ ਪੰਜਾਬ 'ਚ ਕਈ ਸਿਆਸੀ ਲੀਡਰਾਂ 'ਤੇ ਕੇਸ ਬਣੇ ਨੇ ਅਤੇ ਚੱਲੇ ਨੇ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ ਉੱਪਰ ਕਈ ਕਰੋੜਾਂ ਦੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਹੋਏ ਸੀ। ਇਲਜ਼ਾਮ ਸੀ ਕਿ ਉਹ ਪਰਿਵਾਰ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ, ਮੀਨਸ ਬਿਯੋਂਡ ਯੋਰ ਡਿਕਲੇਅਰਡ ਅਸੈਟਸ, ਆਪਣੇ ਮੀਨਸ ਤੋਂ ਕਿਤੇ ਜ਼ਿਆਦਾ ਆਪਣੀ ਜਾਇਦਾਦ ਬਣਾਈ ਸੀ। ਬਾਅਦ 'ਚ ਸਰਕਾਰ ਬਦਲ ਗਈ ਅਤੇ ਕੇਸ ਜਿਹੜਾ ਵਾ ਰਫਾ ਦਫਾ ਹੋ ਗਿਆ। ਰਫਾ ਦਫਾ ਇਸ ਕਰਕੇ ਹੋ ਗਿਆ ਕਿ ਗਵਾਹੀ ਸਾਰੇ ਮੁੱਕਰ ਗਏ। ਉਹ ਹੋਣਾ ਹੀ ਸੀ ਕਿਉਂਕਿ ਇੱਕ ਬੜੀ ਹਾਸੋਹਾਣੀ ਸਿਚੁਏਸ਼ਨ ਬਣ ਗਈ ਕਿ ਸਰਕਾਰ ਆਪਣੇ ਮੁੱਖ ਮੰਤਰੀ ਦੇ ਖਿਲਾਫ ਹੀ ਕੇਸ ਚਲਾ ਰਹੀ ਸੀ। ਸੋ ਇਹ ਕੇਸ ਇੱਕ ਤਰੀਕੇ ਨਾਲ ਫੇਲ ਤਾਂ ਹੋਣਾ ਹੀ ਸੀ। ਹੁਣ ਉਸੇ ਤਰ੍ਹਾਂ ਦੇ ਸੰਗੀਨ ਆਰੋਪ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉੱਪਰ ਨੇ, ਘੱਟੋ ਘੱਟ 2 ਕੇਸਾਂ 'ਚ ਉਹ ਤਫਤੀਸ਼ ਭੁਗਤ ਰਿਹਾ। ਲੁਧਿਆਣਾ ਸਿਟੀ ਸੈਂਟਰ ਸਕੈਮ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਕੇਸ, ਬਾਹਰ ਕੋਈ ਅਕਾਊਂਟਸ ਦੀ ਵੀ ਗੱਲ ਆਈ ਆ। ਪਰ ਕਿਸੇ ਇਹ ਜਿਹੜੇ ਕੇਸਿਸ ਆ ਕਿਸੇ ਨੇਪਰੇ ਨਹੀਂ ਹਾਲੇ ਤੱਕ ਚੜ੍ਹੇ, ਬੜੇ ਸਾਲ ਹੋ ਗਏ ਇਹਨਾਂ ਨੂੰ ਚੱਲਦਿਆਂ ਨੂੰ। ਇਸੇ ਵਜ੍ਹਾ ਕਰਕੇ ਕਈ ਲੋਕ ਜਿਹੜੇ ਆ ਉਹ ਇਲਜ਼ਾਮ ਲਾਉਂਦੇ ਆ ਕਿ ਅਕਾਲੀ ਭਾਜਪਾ ਦੇ ਲੀਡਰ ਜਿਹੜੇ ਆ, ਅਕਾਲੀ ਭਾਜਪਾ ਔਰ ਕਾਂਗਰਸ ਦੇ ਲੀਡਰ ਆਪਸ ਦੇ ਵਿੱਚ ਰਲੇ ਹੋਏ ਆ। ਪੁਖਤਾ ਸਬੂਤ ਨਾ ਹੋਣ ਕਰਕੇ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ। ਹੁਣ ਪੰਜਾਬ ਸਰਕਾਰ ਉੱਤੇ ਆਰੋਪ ਲੱਗਾ ਕਿ ਅਨਾਜ ਦੀ ਖਰੀਦ ਵਿੱਚ ਵੀ ਗਬਨ ਹੋਇਆ ਵਾ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 20,000 ਕਰੋੜ ਦੇ ਅਨਾਜ ਦਾ ਗਬਨ ਹੋਇਆ, 20,000 ਕਰੋੜ ਦਾ ਕਰੀਬ ਗਬਨ ਹੋਇਆ ਵਾ। ਸੋ ਸਵਾਲ ਇਹ ਉੱਠਦਾ ਕਿ ਇਸ ਵੱਧ ਰਹੇ ਭ੍ਰਿਸ਼ਟਾਚਾਰ ਜਾਂ ਬਿਮਾਰੀ ਦਾ ਇਲਾਜ ਕੀ ਹੈ? ਬਾਹਰਲੇ ਮੁਲਕਾਂ 'ਚ ਭ੍ਰਿਸ਼ਟਾਚਾਰ ਨਾਲ ਕਿਵੇਂ ਨਜਿੱਠਿਆ ਜਾਂਦਾ ਵਾ?
ਉਹਦੇ ਵੀ ਆਪਾਂ ਕੁਝ ਉਦਾਹਰਣ ਦੇਵਾਂਗੇ। ਤੁਸੀਂ ਸਾਰੇ ਬਾਹਰ ਵੱਸਦੇ ਜੇ, ਅਸੀਂ ਤੁਹਾਡੇ ਵਿਚਾਰ ਵੀ ਸੁਣਨੇ ਅਤੇ ਸਾਂਝੇ ਕਰਨੇ ਚਾਹੁੰਦਾ ਵੀ ਇਸ ਚੀਜ਼ ਦਾ ਹੱਲ ਕੀ ਹੈ, ਤੁਹਾਡੇ ਸਭ ਦੇ ਬਾਹਰ ਦੇ ਐਕਸਪੀਰੀਅੰਸਿਸ ਆ, ਤੁਹਾਨੂੰ ਸਭ ਪਤਾ ਵਾ ਵੀ ਉੱਥੇ ਕੀ ਹੁੰਦਾ, ਉੱਥੇ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਹੁੰਦੀ ਹੈ ਜਿਹੜੀ ਇੱਥੇ ਨਹੀਂ ਹੁੰਦੀ, ਵੀ ਉੱਥੇ ਇਹੋ ਜਿਹੇ ਵੱਡੇ ਗਬਨ ਦੇ ਕੇਸ ਘੱਟ ਹੁੰਦੇ ਆ? ਹੁੰਦੇ ਤਾਂ ਹੈ, ਅਤੇ ਇੱਥੇ ਲਗਾਤਾਰ ਹਰ ਸਰਕਾਰ, ਰਾਜ ਸਰਕਾਰ, ਕੇਂਦਰ ਸਰਕਾਰ ਦੇ ਉੱਤੇ ਇਹੋ ਜਿਹੇ ਆਰੋਪ, ਕੋਲ ਸਕੈਮ, ਇਹ ਸਕੈਮ, ਉਹ ਸਕੈਮ, 2G ਸਕੈਮ, ਇਹ ਲਗਾਤਾਰ ਇਹੋ ਜਿਹੇ ਕੇਸ ਹੁੰਦੇ ਰਹਿੰਦੇ ਆ। ਦੇਖਦੇ ਹਾਂ ਸਾਡੇ ਜਿਹੜੇ ਨਾਲ ਦਰਸ਼ਕ ਜੁੜੇ ਆ ਉਹ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਲਵੰਤ ਸਿੰਘ ਮੈਰੀਲੈਂਡ ਤੋਂ। ਹਾਂਜੀ ਹਾਂਜੀ ਕੁਲਵੰਤ ਸਿੰਘ ਜੀ, ਬੜੀ ਦੇਰ ਬਾਅਦ ਕਿਤੇ ਬਾਹਰ ਗਏ ਲੱਗਦੇ ਸੀ। ਹਾਂ ਨਹੀਂ ਜੀ, ਮੈਂ 5 ਮਹੀਨੇ ਪਹਿਲਾਂ ਰਹਿ ਕੇ ਆਇਆ ਵਾਂ ਇੰਡੀਆ, ਅਤੇ ਉਦੋਂ ਬਾਅਦ ਤੁਹਾਡੇ ਨਾਲ 2 ਵਾਰੀ ਜੁੜੇ ਵੀ ਹਾਂ। ਅਤੇ ਮੇਰੀ ਬੇਨਤੀ ਇਹ ਹੈ ਜੀ, ਤੁਸੀਂ ਜਿਹੜੀ ਗੱਲ ਘਪਲਿਆਂ ਦੀ ਕਰ ਰਹੇ ਹੋ, ਇਹ ਤਾਂ ਸਰਕਾਰ ਬਦਲ ਗਈ ਅਤੇ ਜਿਵੇਂ ਸੰਭਵ ਆ ਭਾਈ, ਸਰਕਾਰ ਬਦਲਣ ਦੇ ਉੱਤੇ ਜਿਵੇਂ ਇਹਨਾਂ 'ਤੇ ਕੇਸ ਅੱਡ ਇਹ ਕਹਿ ਲਓ ਨਾਵਾਂ 'ਤੇ ਰਜਿਸਟਰਡ ਹੋਣੇ ਆ, ਇਹ ਉਸ ਤਰ੍ਹਾਂ ਹੋਣਾ ਵਾ ਕਿ ਜਿਵੇਂ ਕਿਸੇ ਕ੍ਰਿਮੀਨਲ ਵਿਅਕਤੀ ਦੇ ਉੱਤੇ ਕੇਸ 5-7 ਉਹ ਹੋਏ ਹੁੰਦੇ ਨੇ ਦਰਜ, ਤੇ ਉਹ ਹੋਰ ਵੀ ਕਰਵਾਉਣ ਤੋਂ ਪਰਹੇਜ਼ ਨਹੀਂ ਕਰਦਾ। ਇਸ ਲਈ ਇਹ ਸਰਕਾਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈ ਰਿਹਾ ਅਜੇ ਤੱਕ, ਕਿਉਂਕਿ ਲੋਕ ਬਦਲਾਅ ਚਾਹੁੰਦੇ ਨੇ। ਹੁਣ ਤੁਸੀਂ ਜਿਵੇਂ ਕਹਿ ਲਈਏ ਪੰਜਾਬ ਬੋਲ ਦਾ ਮੁਹਿੰਮ ਤਹਿਤ ਅੱਗੇ ਆ ਰਹੇ ਹੋ, ਤੁਸੀਂ ਜਿਵੇਂ ਪੰਜਾਬ ਮੈਨੀਫੈਸਟੋ ਵੱਲ ਨੂੰ ਵੱਧ ਰਹੇ ਹੋ, ਬੜੀ ਵਧੀਆ ਸ਼ੁਰੂਆਤ ਆ, ਕਿਉਂਕਿ ਤੁਸੀਂ ਅੱਡ ਅੱਡ ਪੰਜਾਬ ਦੇ ਵਰਗਾਂ ਨੂੰ ਮਿਲ ਕੇ ਅਤੇ ਆਪਣਾ 2 ਮਹੀਨੇ ਤੱਕ ਮੈਨੀਫੈਸਟੋ ਜਿਹੜਾ ਚੋਣ ਮੈਨੀਫੈਸਟੋ ਜਿਨ ਆਖਰ 'ਚ ਬਣਨਾ ਵਾ ਉੱਧਰ ਨੂੰ ਵੱਧ ਰਹੇ ਹੋ। ਲੋਕ ਬਦਲ ਚਾਹੁੰਦੇ ਨੇ ਇਹਨਾਂ ਪਾਰਟੀਆਂ ਕੋਲੋਂ, ਛੁਟਕਾਰਾ ਚਾਹੁੰਦੇ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਇਹ ਘੁਟਾਲੇ ਦੇ ਜਿਹੜੇ ਨੇ ਸਰਕਾਰ ਬਦਲ, ਅਤੇ ਇਹ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਸਾਹਮਣੇ ਜ਼ਿਆਦਾ ਆਉਣਗੇ। ਜੇਕਰ ਇਹਨਾਂ ਦੇ ਥਾਂ ਕਾਂਗਰਸ ਅੱਗੇ ਵੱਧ ਗਈ ਤੁਹਾਡੇ ਤੋਂ, ਤਾਂ ਮੈਂ ਸਮਝਣਾ ਹਾਰ ਉਹ ਹੀ ਹੋਣਾ ਜਿਹੜਾ 2 ਤੋਂ 7 ਤੱਕ ਅਤੇ 7 ਤੋਂ 12 ਤੱਕ ਹੋਇਆ ਵਾ, ਵੀ ਗਵਾਹ ਬਹਾਲ ਲਓ ਭਾਵੇਂ CBI ਦੇ ਹੋਣ ਅਤੇ ਭਾਵੇਂ ਵਿਜੀਲੈਂਸ ਦੇ ਹੋਣ, ਇਸ ਲਈ ਲੋਕ ਬਦਲ ਚਾਹੁੰਦੇ ਨੇ ਅਤੇ ਤਗੜੇ ਹੋ ਗਏ ਹੱਲਾ ਮਾਰੋ। ਧੰਨਵਾਦ। ਮਿਹਰਬਾਨੀ ਮਿਹਰਬਾਨੀ। ਬੜਾ ਇੰਟਰਸਟਿੰਗ ਸਵਾਲ ਇਹਨਾਂ ਨੇ ਚੁੱਕਿਆ ਵਾ ਕੁਲਵੰਤ ਸਿੰਘ ਨੇ, ਵੀ ਗਵਾਹ ਜਿਹੜੇ ਆ ਉਹ ਜਾਂ ਬਹਿ ਜਾਂਦੇ ਆ, ਉਹਨਾਂ ਨੂੰ ਬਹਾਲਿਆ ਜਾਂਦਾ ਵਾ, ਇਹਦਾ ਕੀ ਇਲਾਜ ਹੈ? ਜਦੋਂ ਕੋਈ ਕਰਪਸ਼ਨ ਦਾ ਕੇਸ ਕਿਸੇ ਖਿਲਾਫ ਦਰਜ ਹੁੰਦਾ ਵਾ, ਜੇ ਉਹਦੇ ਗਵਾਹੀ ਬਹਿ ਜਾਣ 'ਤੇ ਜੱਜ ਕੋਲ ਕੋਈ ਬਹੁਤੀ ਆਪਸ਼ਨ ਹੁੰਦੀ ਨਹੀਂ, ਇਹਦੇ ਵਾਸਤੇ ਕੀ ਕਰਨ ਦੀ ਲੋੜ ਆ? ਮੇਰਾ ਖਿਆਲ ਹੈ ਇੱਕ ਚੀਜ਼ 'ਤੇ ਇਹ ਕਰਨ ਦੀ ਲੋੜ ਹੈ ਵੀ ਕੇਸਿਸ ਨੂੰ ਟਾਈਮ ਬਾਊਂਡ ਕਰਤਾ ਜਾਵੇ। ਜੇ ਕੋਈ ਕੇਸ 5-4-6 ਮਹੀਨਿਆਂ ਦੇ ਵਿੱਚ ਫੈਸਲਾ ਹੋ ਜਾਵੇ ਤਾਂ ਸ਼ਾਇਦ ਉਦੋਂ ਤੱਕ ਗਵਾਹ ਵੀ ਨਹੀਂ ਬੈਠਦੇ। ਸੋ ਇੱਕ ਜੇ ਟਾਈਮ ਬਾਊਂਡ ਕਰਤਾ ਜਾਵੇ ਤਾਂ ਇਹਦੇ ਨਾਲ ਕਾਫੀ ਫਰਕ ਪੈ ਸਕਦਾ ਵਾ। ਦੇਖਦੇ ਹਾਂ ਸਾਡੇ ਅਗਲੇ ਜਿਹੜੇ ਕਾਲਰ ਨੇ ਉਹ ਇਸ ਮਸਲੇ 'ਤੇ, ਭ੍ਰਿਸ਼ਟਾਚਾਰ ਦੇ ਮਸਲੇ 'ਤੇ ਕੀ ਆਪਣੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੂਬੇਦਾਰ ਹਰਮੇਲ ਸਿੰਘ ਜੁੱਬਾ ਸਿੰਘ। ਹਾਂਜੀ ਹਰਮੇਲ ਸਿੰਘ ਜੀ, ਦੇਖੋ ਜੀ, ਇਹ ਜਿਹੜਾ ਵਿਜੇ ਮਾਲੀਆ ਹੈ ਨਾ, ਕੋਈ ਇੱਕ ਅੱਧਾ ਮਾਲੀਆ ਹੋਵੇ ਫੇਰ ਤਾਂ ਇਹਨੂੰ ਖਤਮ ਕੀਤਾ ਜਾ ਸਕਦਾ ਜੀ। ਇੱਥੇ ਤਾਂ ਮਾਲੀਆ ਇੰਨੇ ਜ਼ਿਆਦਾ ਹੋ ਗਏ ਆ, ਇਹਨਾਂ ਦੇ ਕਿਸ ਰਜਿਸਟਰ ਕਰਨ ਵਾਸਤੇ ਹੀ 5-7 ਸਾਲ ਲੱਗਣਗੇ, ਤਾਂ ਫੈਸਲੇ ਕਦ ਹੋਣੇ ਆ ਉਹ ਮੈਨੂੰ ਐਦ ਨਹੀਂ ਹੈ, ਕਿਉਂਕਿ ਆਪਾਂ ਪਿੱਛੇ ਦੇਖ ਹੀ ਰਹੇ ਹਾਂ ਜੀ। ਅੱਜ ਮੈਂ ਤੁਹਾਡੇ ਨਾਲ ਪੰਜਾਬ ਦੀ ਹਾਲਤ ਸੁਧਾਰਨ ਦੀ ਇੱਕ ਗੱਲ ਕਰ ਰਿਹਾ ਜੀ, ਤੇ ਸ਼ਾਇਦ ਉਹਦੇ 'ਤੇ ਅਮਲ ਕੀਤਾ ਜਾਵੇ ਤਾਂ ਇਹਦੇ ਵਿੱਚ ਮੈਂ ਆਪਣੇ ਘਰ ਦੀ ਮਿਸਾਲ ਵੀ ਦਊਂਗਾ, ਅਤੇ ਸ਼ਾਇਦ ਪੰਜਾਬ ਦੇ ਲੋਕ ਸੁਖੀ ਹੋ ਜਾਣਗੇ, ਕਿਸੇ ਤੋਂ ਉਹਨਾਂ ਨੂੰ ਕੋਈ ਲੈਣਾ ਦੇਣਾ, ਇਹਦੇ 'ਤੇ ਖਰਚ ਵੀ ਕੋਈ ਨਹੀਂ ਹੈਗਾ। ਦੱਸੋ ਦੱਸੋ, ਕਿਸੇ ਤਰ੍ਹਾਂ ਦੀ ਇੱਕ ਦੁਆਨੀ ਖਰਚ ਨਹੀਂ ਹੈਗੀ। ਦੱਸੋ ਥੋੜ੍ਹਾ ਬਿਲ ਫਰੀ ਹੋ ਪਲੀਜ਼। ਹਾਂਜੀ, ਸਿਰਫ ਜ਼ਰੂਰਤ ਹੈ ਆਪਸ ਵਿੱਚ ਮੇਲ ਕਰਨ ਦੀ। ਮੈਂ ਗੱਲ ਕਰੂੰਗਾ ਪੰਜਾਬ ਦੀ ਐਜੂਕੇਸ਼ਨ ਦੀ, ਕਿਉਂਕਿ ਉੱਥੇ ਐਜੂਕੇਸ਼ਨ ਤਾਂ ਆਸਟ੍ਰੇਲੀਆ ਗੌਰਮੈਂਟ ਨੇ ਇਹਨਾਂ ਨੂੰ ਦੱਸੇ ਦਿੱਤਾ ਕਿ ਕਿਹੋ ਜਿਹੀ ਆ ਸਾਡੀ, ਅਤੇ ਬਾਕੀ ਜਿਹੜਾ ਆਪਣੇ ਮੁੰਡੇ ਕੁੜੀਆਂ ਪੜ੍ਹਨ ਜਾਂਦੇ ਸਕੂਲਾਂ 'ਚ ਉਹ ਕੀ ਕਰਦੇ ਆ ਕੀ ਨਹੀਂ ਕਰਦੇ, ਤੁਸੀਂ ਚੰਡੀਗੜ੍ਹ ਇੱਧਰ ਉੱਧਰ ਰੋਜ਼ਾਨਾ ਹੀ ਦੇਖਦੇ ਆ ਐਜੂਕੇਸ਼ਨ 'ਤੇ, ਇਹ ਲੜਕੇ ਜਿਹੜੀਆਂ ਲੜਕੀਆਂ ਇਹ ਬਿਲਕੁਲ ਧਿਆਨ ਨਹੀਂ ਦੇਣਦੇ। ਅਗਰ ਇਹ ਧਿਆਨ ਦੇਣ, ਚਾਹੇ ਕੋਈ ਵੀ ਕੋਰਸ ਕਰਨ, ਕੋਈ ਡਿਗਰੀ ਕਰਨ, ਉਹ ਡਿਗਰੀ ਨੂੰ ਇਹੋ 33 ਨੰਬਰ ਜਾਂ 30 ਨੰਬਰ ਲੈ ਕੇ ਪਾਸ ਨਾ ਕਰਨ, ਉਹ ਐਗਜ਼ਾਮੀਨਰ ਨੂੰ ਇਹ ਹੋ ਜਾਵੇ ਵੀ ਇਹ ਮੁੰਡੇ ਦੇ ਕੁੜੀ ਦੇ ਮੈਂ ਨੰਬਰ ਕਿੱਥੋਂ ਕੱਟਾਂ, ਉਹਨੂੰ ਮੁਸ਼ਕਲ ਆ ਜਾਵੇ। ਅਤੇ ਪਰ ਇੱਥੇ ਹੁੰਦਾ ਕੀ ਆ, 27 ਨੰਬਰ ਲੈਂਦੇ ਆ, 6 ਉਹ ਕੋਲੋਂ ਪਾ ਕੇ ਕਹਿੰਦਾ 4 ਗਲੋਂ ਲਿਖ, ਅਤੇ ਉਹਨੂੰ ਨੌਕਰੀ ਕੀ ਮਿਲੂਗੀ? ਅਗਰ ਅੱਛੇ ਚਾਲ ਚੱਲਣ ਵਾਲੇ, ਅੱਛੇ ਸੱਭਿਆਚਾਰ ਵਾਲੇ ਮੁੰਡੇ ਕੁੜੀਆਂ ਮਿਲਣਗੇ, ਅਤੇ ਅਮਰੀਕਾ ਦੇ ਵਿੱਚ ਬੜੀ ਵੱਡੀ ਡਿਮਾਂਡ ਹੈ ਇਹਨਾਂ ਦੀ। ਉਹ ਇਸ ਤਰ੍ਹਾਂ ਜਿਸ ਤਰ੍ਹਾਂ ਲੜਕੇ ਲੜਕੀਆਂ ਇੱਥੇ ਵੀ ਉੱਥੇ ਵੀ ਹਰ ਇੱਕ ਨੇ ਆਪਣੇ ਬੱਚੇ ਦੀ ਸ਼ਾਦੀ ਕਰਨੀ ਹੁੰਦੀ ਹੈ, ਅਗਰ ਚੰਗੇ ਟੈਲੈਂਟ ਲੜਕੇ ਕੁੜੀ ਮੁੰਡੇ ਹੋਣਗੇ ਤਾਂ ਅਮਰੀਕਾ ਦੇ ਮੁੰਡੇ ਉਹਨਾਂ ਨੂੰ ਪਸੰਦ ਕਰਕੇ ਇੱਥੇ ਲਿਆਉਣਗੇ। ਉਹ ਇੱਕ ਕੁੜੀ ਆਊਗੀ ਜਾਂ ਮੁੰਡਾ ਆਊਗਾ, ਸਾਰਾ ਪਰਿਵਾਰ ਉਹਦੇ ਪਿੱਛੇ ਆ ਜਾਊਗਾ, ਜਿਵੇਂ ਅਸੀਂ ਆਏ ਹਾਂ ਉਹਦੀ ਗੱਲ ਕਰਦਾ।
ਤੇ ਉਹਦੇ ਨਾਲ ਇਹ ਹੌਲੀ 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 ਰੋਜ਼ ਅਸੀਂ ਦੇਖਦੇ ਇੱਥੇ ਜਹਾਜ਼ਾਂ ਦੇ ਜਹਾਜ਼ ਭਰ ਭਰ ਆ ਰਹੇ ਆ, ਜਿਸ ਕਰਦੇ ਜਾਂ ਜਿਸ ਪਿੰਡ ਚੋਂ ਆਉਣਗੇ ਉਹਨਾਂ ਨੂੰ ਕੋਈ ਲੋਨ ਨਹੀਂ। ਇੱਥੇ ਦੇ ਮੁੰਡਿਆਂ ਨੂੰ ਇਹ ਆ ਵੀ ਉਹ ਕੋਈ ਦਾਜ ਦਹੇਜ ਨਾ ਲੈਣ, ਜਿਹਨਾਂ ਆਪਣੀ ਲੜਕੀ ਨੂੰ ਐਜੂਕੇਸ਼ਨ ਦਿੱਤੀ ਉਹ ਸਾਰਾ ਕੁਛ ਹੀ ਦੇਤਾ, ਇਹ ਲਾਲਚ ਨਾ ਆਉਣ ਉਹ, ਇਹ ਤਾਂ ਕਿ ਇੱਦਾਂ ਦੇ ਸੋਹਣੇ ਚੰਗੇ ਮੁੰਡੇ ਆਪਣੇ ਮਿਲਣ ਕੁੜੀਆਂ, ਤਾਂ ਕਿ ਇਹ ਸਾਡੇ ਲੋਕ ਜਿਹੜੇ ਮੁੜ ਕੇ ਉੱਧਰ ਨੂੰ ਖਿੱਚੇ ਜਾਣ। ਐਜੂਕੇਸ਼ਨ ਤੇ ਧਿਆਨ ਦੇਣ ਦੀ ਲੋੜ ਆ, ਪਰ ਹੋ ਇਹ ਰਿਹਾ ਕਿ ਇੱਥੇ ਦੇ ਮੁੰਡੇ ਕੁੜੀਆਂ ਮਾਂ ਬਾਪ ਵੀ ਜਵਾਬ ਦੇਣ ਲੱਗ ਪਏ ਆ ਕਿ ਕਿਉਂਕਿ ਇੱਥੇ ਆ ਕੇ ਟ੍ਰਿਬਲ ਬੜੀ ਖੜੀ ਕਰਦੇ ਆ, ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ, ਹੁਣ ਕੋਈ ਇੱਥੇ ਦਾ ਮੁੰਡਾ ਕੁੜੀ ਜਿਹੜੇ ਨਾ ਉਹ ਸ਼ਾਦੀ ਨਹੀਂ ਉੱਥੇ ਕਰਨਾ। ਹੁਣ ਮੈਂ ਆਪਣੇ ਘਰ ਦੀ ਗੱਲ ਦੱਸਾਂ, ਮੇਰਾ ਚਾਚਾ 1975 ਦੇ ਵਿੱਚ ਆਇਆ ਸੀਗਾ, ਉਹਦੀ ਸ਼ਾਦੀ ਸਰਦਾਰ ਦਤਾਰ ਸਿੰਘ ਬੈਂਸ ਉਹਨਾਂ ਦੀ ਫੈਮਿਲੀ 'ਚ ਹੋਈ ਸੀ, ਉਹਨੇ ਆ ਕੇ ਇੱਥੇ ਮਿਹਨਤ ਕੀਤੀ, 1980 ਦੇ ਵਿੱਚ ਉਹ ਸਿਟੀਜ਼ਨ ਬਣਿਆ। ਉਹਦੇ ਚਾਰ ਭਰਾ ਅਤੇ ਤਿੰਨ ਭੈਣਾਂ ਸੀਆਂ, ਸਾਰਿਆਂ ਦੀ ਪਟੀਸ਼ਨ ਕੀਤੀ 85 ਦੇ ਔਰ 86 ਦੇ ਵਿੱਚ ਵਿੱਚ ਉਹ ਸਾਰੇ ਇੱਥੇ ਆ ਗਏ, ਜਿਹਨਾਂ ਵਿੱਚੋਂ ਮੈਂ ਅਤੇ ਮੇਰੀ ਭੈਣ ਤਾਂ ਇੱਕ ਮੇਰੀ ਭੂਆ ਦਾ ਲੜਕਾ ਸੀ, ਤਿੰਨ ਟੋਟਲ ਹੀ ਰਹਿ ਗਏ ਉੱਥੇ, ਜਦਕਿ ਸਾਡਾ ਐਡਾ ਵੱਡਾ ਫੈਮਿਲੀ ਸੀਗੀ। ਹੌਲੀ ਹੌਲੀ ਅਸੀਂ ਵੀ ਆ ਗਏ। ਮੈਂ ਸਮਝ ਗਿਆ ਭਾਈ ਸਾਹਿਬ, ਥੋੜ੍ਹੀ ਗੱਲ ਆਪਣੀ ਲੰਬੀ ਹੋ ਰਹੀ ਆ ਕਿ ਬੇਸਿਕਲੀ ਐਜੂਕੇਸ਼ਨ 'ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਅਸ਼ੋਰ ਕਰਦਾ, ਅੱਜ ਵੈਸੇ ਤਾਂ ਆਪਾਂ ਭ੍ਰਿਸ਼ਟਾਚਾਰ 'ਤੇ ਗੱਲ ਕਰ ਰਹੇ ਹਾਂ, ਪਰ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਆ, ਪੰਜਾਬ ਡਾਇਲੋਗ ਦੀ ਗੱਲ ਕੀਤੀ ਆ, ਔਰ ਕੀ ਕਰਨ ਦੀ ਲੋੜ ਆ। ਮੈਂ ਤੁਹਾਨੂੰ ਅਸ਼ੋਰ ਕਰਦਾ ਵਾਂ ਕਿ ਅਸੀਂ ਇੱਕ ਬੜੇ ਕਮਿਟਡ ਹਾਂ ਇਸ ਪੱਖੋਂ, ਔਰ ਐਜੂਕੇਸ਼ਨ ਦੇ ਮਸਲੇ 'ਤੇ, ਕਿਉਂਕਿ ਅਸੀਂ ਜਿਹੜੇ ਪਹਿਲਾਂ ਪੰਜਾਬ ਡਾਇਲੋਗ ਸ਼ੁਰੂ ਕਰਨ ਜਾ ਰਹੇ ਹਾਂ ਉਹ ਯੂਥ ਦੇ ਨਾਲ ਹੀ ਕਰਨ ਜਾ ਰਹੇ ਹਾਂ 23 ਤਰੀਕ ਨੂੰ। ਸੋ ਅਸੀਂ ਇਹ ਡਾਇਲੋਗ ਵਾਸਤੇ ਆਲਰੇਡੀ ਬੜੀ ਤਿਆਰੀ ਕੀਤੀ ਆ, ਲੋਕਾਂ ਨਾਲ, ਮਾਹਰਾਂ ਨਾਲ, ਐਕਸਪਰਟਸ ਨਾਲ ਗੱਲ ਕੀਤੀ ਆਲਰੇਡੀ। ਅਸੀਂ ਇਸ਼ੂਜ਼ ਆਈਡੈਂਟੀਫਾਈ ਕੀਤੇ ਆ ਜਿਹੜੇ ਉਸ ਡਾਇਲੋਗ ਦੇ ਵਿੱਚ ਅਸੀਂ ਡਿਸਕਸ ਕਰਨੇ ਆ, ਔਰ ਅਸੀਂ ਸਾਡੇ ਕੋਲ ਇੱਕ ਬੜਾ ਕਲੀਅਰ ਰੋਡ ਮੈਪ ਸਾਨੂੰ ਨਜ਼ਰ ਆ ਰਿਹਾ ਵਾ, ਹਾਲੇ ਉਹਦੇ ਬਾਰੇ ਅਸੀਂ ਗੱਲ ਇਸ ਕਰਕੇ ਨਹੀਂ ਕਰਨੀ ਚਾਹੁੰਦੇ ਕਿਉਂਕਿ ਫਾਈਨਲਾਈਜ਼ ਨਹੀਂ ਹੋਇਆ, ਵੀ ਕਿਵੇਂ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਨੂੰ ਰਿਵਾਈਵ ਕੀਤਾ ਜਾਵੇ। ਇਹਦਾ ਇੱਕ ਬੜਾ ਕਲੀਅਰ ਰੋਡ ਮੈਪ ਜਿਹੜਾ ਵਾ ਮੇਰਾ ਖਿਆਲ ਆ ਅਕਤੂਬਰ ਤੱਕ ਟੋਟਲ ਰੋਡ ਮੈਪ ਸਾਹਮਣੇ ਆਜੂਗਾ, ਲੇਕਿਨ ਜਿਹੜਾ ਯੂਥ ਵਾਸਤੇ ਜਿਹੜਾ ਰੋਡ ਮੈਪ ਹੈ ਸਾਡਾ ਉਹ ਜੂਨ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਤੁਹਾਡੇ ਸਾਹਮਣੇ ਆਜੂ, ਔਰ ਤੁਸੀਂ ਵੇਖੋਗੇ ਵੀ ਐਜੂਕੇਸ਼ਨ ਉਹਦੇ ਵਾਸਤੇ ਕਿੰਨਾ ਵੱਡਾ ਉਹਦਾ ਹਿੱਸਾ ਹੋਊਗਾ। ਤੁਸੀਂ ਦਿੱਲੀ 'ਚ ਵੇਖਿਆ ਹੀ ਆ ਵੀ ਦਿੱਲੀ 'ਚ ਜਿਹੜੀ ਸਾਡੀ ਟੋਟਲ ਬਜਟ ਆ ਆਮ ਆਦਮੀ ਪਾਰਟੀ ਦੀ, ਉਹਦਾ 23% ਹਿੱਸਾ ਐਜੂਕੇਸ਼ਨ 'ਤੇ ਖਰਚ ਕੀਤਾ ਜਾ ਰਿਹਾ, ਟੋਟਲ ਬਜਟ ਦਾ 23% ਹਿੱਸਾ। ਬਹੁਤੀਆਂ ਰਾਜ ਸਰਕਾਰਾਂ, ਪੰਜਾਬ ਸਰਕਾਰ 7-8% ਹਿੱਸਾ ਐਜੂਕੇਸ਼ਨ ਦੇ ਉੱਤੇ ਖਰਚਦੀਆਂ, ਉਹਦੇ ਨਾਲ ਮਸਾਂ ਤਨਖਾਹਾਂ ਹੀ ਦਿੱਤੀਆਂ ਜਾਂਦੀਆਂ ਵਾ। ਸੋ ਇਸ ਕਰਕੇ ਅਸੀਂ 23% ਹਿੱਸਾ ਦਿੱਲੀ ਦੇ ਵਿੱਚ ਦੇ ਰਹੇ ਹਾਂ, ਪੰਜਾਬ ਦੇ ਵਿੱਚ ਦੇਖਦੇ ਹਾਂ ਅਸੀਂ ਕਿੰਨਾ ਦੇ ਸਕਦੇ ਹਾਂ, ਹੋ ਸਕਦਾ ਇਸ ਤੋਂ ਵੀ ਵੱਧ ਦੇਣਾ ਪਏ ਪਹਿਲੇ ਕੁਝ ਸਾਲ, ਕਿਉਂਕਿ ਸਿਸਟਮ ਕੋਲੈਪਸ ਹੋ ਚੁੱਕਾ ਵਾ ਔਰ ਸਿਸਟਮ ਨੂੰ ਅਸੀਂ ਰਿਵਾਈਵ ਕਰਨਾ। ਸੋ ਲੈਟ ਮੀ ਅਸ਼ੋਰ ਯੂ ਐਜੂਕੇਸ਼ਨ ਟੋਪ ਪ੍ਰਾਇਓਰਟੀ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਗੱਲ ਕਰਨੀ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ੇਰਗਿੱਲ ਬੋਲਦਾ ਲਾਸ ਏਂਜਲਸ ਤੋਂ। ਹਾਂਜੀ ਸ਼ੇਰਗਿੱਲ ਜੀ। ਹਾਂਜੀ ਸੰਧੂ ਸਾਹਿਬ, ਦੂਜਾ ਸਭ ਤੋਂ ਪਹਿਲੀ ਗੱਲ ਹੈ ਜਿਹੜਾ ਆਪਣੇ ਦੇਸ਼ ਦੇ ਵਿੱਚ ਕਰਪਸ਼ਨ ਹੈ ਜੀ, ਇਹ ਜਿਹੜੇ ਆਪਾਂ ਜਿਹੜੇ ਪੋਲੀਟੀਸ਼ਨ ਆ ਜਾਂ ਜਿਹੜੀ ਸਿਆਸੀ ਸਰਪ੍ਰਸਤ ਹੈ ਅਤੇ ਜਿਹੜੇ ਵੀ ਡਿਪਾਰਟਮੈਂਟ ਜਿਹਨਾਂ 'ਚ ਭ੍ਰਿਸ਼ਟਾਚਾਰ ਹੈਗੀ ਆ ਤਕਰੀਬਨ ਸਾਰਿਆਂ 'ਚ ਹੀ ਆ, ਉਹਨਾਂ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ, ਅਤੇ ਮੇਰਾ ਖਿਆਲ ਇਹ ਦਰੁਸਤ ਹੈ, ਰਾਈਟ? ਬਿਲਕੁਲ ਠੀਕ ਹੈ। ਅਤੇ ਜਿਹੜੀ ਗੱਲ ਹੈਗੀ ਆ ਵੀ ਇਹ ਇਹਦੇ 'ਚ ਮੈਂ ਕਹੂੰਗਾ ਉਹ ਵੀ ਆ, ਤੇ ਕੁਛ ਕੁ ਸਾਡੇ ਲੋਕਾਂ ਨੂੰ ਵੀ ਐਜੂਕੇਟ ਹੋਣ ਦੀ ਲੋੜ ਹੈ, ਕਿਉਂਕਿ ਉਹ ਹਰਾਸਮੈਂਟ ਤੋਂ ਡਰਦੇ ਜਾਂ ਲੰਬਾ ਸਮਾਂ ਜਿਹੜੀਆਂ ਸੇਵਾਵਾਂ ਨਹੀਂ ਮਿਲਦੀਆਂ ਜਾਂ ਕੰਮ ਨਹੀਂ ਹੁੰਦੇ ਤਾਂ ਵੀ ਰਿਸ਼ਵਤ ਦਿੰਦੇ ਆ। ਪਰ ਜਿਹੜੀ ਰਹੀ ਗੱਲ ਮੈਂ ਕਹੂੰਗਾ ਵੀ ਇਹ ਜਿਹੜੇ ਦੋਨੇ ਹੀ ਪੋਲੀਟੀਸ਼ੀਅਨ 'ਚ ਭ੍ਰਿਸ਼ਟ ਹੁਣ ਜਿਹੜੀ ਨਿਯੁਕਤੀ ਹੁੰਦੀ ਹੈ ਚੋਣਾਂ ਦੇ ਵਿੱਚ ਅਤੇ ਜਾਂ ਅਧਿਕਾਰੀ ਆਪਣੇ ਅਪੁਆਇੰਟਮੈਂਟ ਕੀਤੇ ਜਾਂਦੇ ਆ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਬਹੁਤੇ ਵਿਸਾਦ ਦੇ ਵਿੱਚ ਪੈਸੇ ਲੈ ਦੇ ਕੇ ਹੀ ਭਰਤੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਜਾਂ ਪਦਵੀਆਂ ਦਿੱਤੀਆਂ ਜਾਂਦੀਆਂ ਜਾਂ ਚੋਣਾਂ ਲੜੀਆਂ ਜਾਂਦੀਆਂ। ਪਰ ਆਪਾਂ ਫਿਰ ਆਪਾਂ ਉਮੀਦ ਕਿਵੇਂ ਕਰਾਂਗੇ ਇਹਨਾਂ ਦੋਨਾਂ ਧਿਰਾਂ ਤੋਂ ਹੀ ਕਿਵੇਂ ਇਮਾਨਦਾਰੀ ਨਾਲ ਕੰਮ ਕਰਨਗੇ? ਅਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਹੁਣ ਤੱਕ ਜਿਹੜੀਆਂ ਪਾਰਟੀਆਂ ਕਿੰਨਾ ਕੁ ਸੰਜੀਦਾ ਹੈ ਜਾਂ ਕਿੰਨਾ ਕੁ ਉਹ ਸਾਰਥਕ ਢੰਗ ਨਾਲ ਸੋਚ ਰਹੀਆਂ, ਹੁਣ ਤੱਕ ਤਾਂ ਸੰਧੂ ਸਾਹਿਬ ਜਿਹੜੀਆਂ ਰਵਾਇਤੀ ਪਾਰਟੀ ਰਹੀਆਂ ਇਹਨਾਂ ਨੇ ਸਾਰਥਕ ਢੰਗ ਨਾਲ ਨਾ ਭ੍ਰਿਸ਼ਟਾਚਾਰ ਬਾਰੇ ਸੋਚਿਆ, ਨਾ ਉਹਦਾ ਹੱਲ ਲੱਭਣ ਦੀ ਸੋਚੀ ਹੈ, ਸਿਰਫ ਵੋਟਾਂ ਤੱਕ ਹੀ ਜਦੋਂ ਉਹਦਾ ਨਾਰਾ ਦੇਣਦੇ ਭ੍ਰਿਸ਼ਟਾਚਾਰ ਖਤਮ ਕਰਾਂਗੇ। ਪਰ ਕਿਸੇ ਵੀ ਪਾਰਟੀ ਨੇ ਇਹ ਮੈਨੀਫੈਸਟੋ ਨਹੀਂ ਜਾਂ ਢੰਗ ਨਹੀਂ ਤਿਆਰ ਕੀਤਾ ਵੀ ਇਹਨੂੰ ਖਤਮ ਕਿਵੇਂ ਕਰਾਂਗੇ, ਜਦੋਂ ਕਿ ਭ੍ਰਿਸ਼ਟਾਚਾਰ ਹਰ ਇੱਕ ਦਾ ਡਿਪਾਰਟਮੈਂਟ ਦੇ ਵਿੱਚ ਹੈ, ਰੋਲ ਉਹਨਾਂ ਨੂੰ ਕਰਨ ਦੀ ਲੋੜ ਹੈ, ਡਿਪਾਰਟਮੈਂਟ ਸਾਫ਼ ਸੁਥਰੀ ਸੇਵਾਵਾਂ ਦੇਣ, ਪੁਲਿਸ ਦੀ ਜਿਹੜੀ ਹੈਗੀ ਆ ਪਾਰਦਰਸ਼ੀ ਹੋਣੀ ਚਾਹੀਦੀ ਆ, ਬਿਨਾਂ ਫ੍ਰੀ ਆਪਣੇ ਪੋਲੀਟਿਕਸ ਤੋਂ ਜਾਂ ਦਬਾਅ ਤੋਂ ਹੋ ਕੇ ਪੁਲਿਸ ਕੰਮ ਕਰੇ, ਇਹੋ ਜਿਹੇ ਹਜੇ ਤੱਕ ਮੈਨੀਫੈਸਟੋ 'ਚ ਕਿਸੇ ਨੇ ਵੀ ਨਹੀਂ ਲਿਆਂਦੇ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਆਮ ਆਦਮੀ ਪਾਰਟੀ ਵੀ ਰੱਖੂਗੀ, ਇਹ ਬਹੁਤ ਵਧੀਆ ਗੱਲ ਹੋਊਗੀ ਵੀ ਇਹਦੇ ਹੱਲ ਕਿਵੇਂ ਲੱਭਿਆ ਜਾਵੇ, ਇਹ ਨਾ ਹੋਵੇ ਇੱਕ ਨਾਰਾ ਹੀ ਬਣ ਕੇ ਰਹਿ ਜਾਵੇ ਜਾਂ ਵੀ ਜਦੋਂ ਆਪਾਂ ਦਿੰਦੇ ਹਾਂ
ਸ਼ੇਰਗਿੱਲ ਜੀ ਸਾਡਾ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਜਿਹੜਾ ਨਾਰਾ ਬਣ ਕੇ ਰਹਿ ਜੂ। ਦਿੱਲੀ 'ਚ ਵੀ ਤੁਸੀਂ ਵੇਖਿਆ ਵਾ, ਉੱਥੇ ਅਸੀਂ ਜਨ ਲੋਕਪਾਲ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਪਰ ਦਿੱਲੀ ਦੇ ਵਿੱਚ ਮਸਲਾ ਇੱਕ ਹੋਰ ਬਣ ਗਿਆ। ਉੱਥੇ ਕਈ ਮਹਿਕਮੇ, ਕਿਉਂਕਿ ਦਿੱਲੀ ਨੂੰ ਪੂਰੀ ਸਟੇਟਹੁੱਡ ਨਹੀਂ ਮਿਲੀ, ਉੱਥੇ ਕਈ ਮਹਿਕਮੇ ਜਿਹੜੇ ਆ ਉਹ ਰਾਜ ਸਰਕਾਰ ਉੱਥੇ ਦਿੱਲੀ ਸਰਕਾਰ ਦੇ ਥੱਲੇ ਹੀ ਨਹੀਂ ਗਏ, ਜਿਵੇਂ ਕਿ ਪੁਲਿਸ ਹੀ ਉਹਦੇ ਥੱਲੇ ਨਹੀਂ ਗਈ, ਐਂਟੀ ਕਰਪਸ਼ਨ ਜਿਹੜਾ ਬਿਊਰੋ ਆ ਉਹ ਵੀ ਉਹਦੇ ਥੱਲੇ ਨਹੀਂ ਹੈਗਾ। ਸੋ ਉਹ ਐਂਟੀ ਕਰਪਸ਼ਨ ਮੂਵਮੈਂਟ ਤੋਰ ਹੀ ਨਹੀਂ ਸਕੀ ਉੱਥੇ। ਸੋ ਇੱਕ, ਕਿਉਂਕਿ ਪੰਜਾਬ ਸਰਕਾਰ, ਪੰਜਾਬ ਗਵਰਨਮੈਂਟ, ਪੰਜਾਬ ਰਾਜ ਜਿਹੜਾ ਵਾ ਇਹ ਇੱਕ ਵੱਖਰਾ ਰਾਜ ਆ, ਇੱਥੇ ਇਹੋ ਜਿਹੀ ਦਿੱਕਤ ਨਹੀਂ ਹੈ, ਇਹ ਫੁੱਲ ਸਟੇਟਹੁੱਡ ਇਹਨੂੰ ਮਿਲੀ ਆ। ਸੋ ਇੱਥੇ ਇਹੋ ਜਿਹੀ ਦਿੱਕਤ ਨਹੀਂ ਹੋਊ। ਤੁਹਾਨੂੰ ਮੈਂ ਸ਼ੋਰ ਕਰਦਾ ਵਾਂ ਕਿ ਜਦੋਂ ਇੱਕ ਜਨ ਲੋਕਪਾਲ ਜਾਂ ਲੋਕਪਾਲ ਜੋ ਵੀ ਆਪਾਂ ਪੰਜਾਬ ਦੇ ਜਾਂ ਲੋਕ ਆਯੁਕਤ ਕਹਾਂਗੇ, ਇੱਥੇ ਜਦੋਂ ਉਹ ਬਣ ਗਿਆ ਸਿਸਟਮੈਟਿਕਲੀ ਜ਼ੀਰੋ ਟੋਲਰੈਂਸ, ਉਹਦੀ ਅਕਾਊਂਟੇਬਿਲਿਟੀ ਕਿਹਨੂੰ ਹੋਊਗੀ, ਇਹ ਪ੍ਰੋਪਰ ਇੱਕ ਫਰੇਮਵਰਕ ਲੈ ਕੇ ਆਵਾਂਗੇ। ਕੋਸ਼ਿਸ਼ ਇਹ ਆ ਕਿ ਜਿਹੜਾ ਭ੍ਰਿਸ਼ਟਾਚਾਰ ਆ ਇਹਨੂੰ ਆਪਾਂ ਥੱਲੇ ਤੋਂ ਲੈ ਕੇ ਉੱਤੋਂ ਤੱਕ ਖਤਮ ਕਰ ਸਕੀਏ, ਜਾਂ ਉੱਤੋਂ ਤੋਂ ਲੈ ਕੇ ਥੱਲੇ ਤੱਕ ਖਤਮ ਕਰ ਸਕੀਏ। ਮੇਰੀ ਆਪਣੀ ਫੀਲਿੰਗ ਆ ਵੀ ਭ੍ਰਿਸ਼ਟਾਚਾਰ ਨੋਰਮਲੀ ਆਪਾਂ ਕਹਿੰਦੇ ਤਾਂ ਹੈ ਵਾ ਵੀ ਹਰ ਹੇਠਲੇ ਲੈਵਲ 'ਤੇ ਆਇਆ ਵਾ, ਪਰ ਇਹਨੂੰ ਸ਼ੈ ਉੱਤੋਂ ਮਿਲਦੀ ਆ। ਜੇ ਉੱਤੋਂ ਸ਼ੈ ਨਾ ਮਿਲੇ ਤਾਂ ਇਹ, ਮੇਰਾ ਖਿਆਲ ਆ 24 ਘੰਟੇ 'ਚ ਤਾਂ ਨਹੀਂ, ਪਰ ਮੇਰਾ ਖਿਆਲ ਆ ਵੀ ਮਹੀਨੇ ਕੁ ਦੇ ਵਿੱਚ ਉਹ ਮੈਸੇਜ ਚਲਾ ਜਾਂਦਾ ਥੱਲੇ ਵੀ ਵੇਖਿਓ ਕਿਤੇ ਐਵੇਂ ਨਾ ਫੜੇ ਜਾਇਓ ਕਿਤੇ। ਸੋ ਇਹ ਮੈਸੇਜ ਜਿਹੜਾ ਵਾ ਇਹ ਮੇਰਾ ਖਿਆਲ ਆ ਪਹਿਲੇ ਦਿਨ ਤੋਂ, ਜੇ ਕਾਮਯਾਬੀ ਮਿਲੀ ਪਹਿਲੇ ਦਿਨ ਤੋਂ ਹੀ ਇਹ ਮੈਸੇਜ ਜਿਹੜਾ ਵਾ ਡਾਊਨ ਦੀ ਲਾਈਨ ਚੱਲ ਜਾਣਾ ਵਾ ਵੀ ਇਹ ਜ਼ਰੂਰਤ ਨੱਕਦੇ ਕਰ ਲਿਓ, ਸਾਰੀ ਉਮਰ ਅੰਦਰ ਰਹਿ ਜਾਓਗੇ। ਸੋ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹਾ ਜਨ ਲੋਕਪਾਲ ਵਰਗਾ ਲੋਕ ਆਯੁਕਤ ਜਾਂ ਲੋਕਪਾਲ ਇੱਥੇ ਵੀ ਇਸ ਸਟੇਟ ਦੇ ਵਿੱਚ ਵੀ ਲੈ ਕੇ ਆਈਏ। ਬਾਕੀ ਪਾਰਟੀਆਂ ਕਿੰਨੀਆਂ ਕੁ ਵਚਨਬੱਧੀਆਂ ਦੇਖਦੇ ਆ, ਹੁਣ ਤੱਕ ਉਹਨੇ ਕੁਛ ਨਹੀਂ ਕੀਤਾ। ਹੁਣ ਤੱਕ ਪੰਜਾਬ ਦੇ ਵਿੱਚ ਲੋਕਪਾਲ ਕਈ ਸਾਲਾਂ ਤੋਂ ਬਣਿਆ ਵਾ, ਤੁਹਾਨੂੰ ਯਾਦ ਹੋਊਗਾ ਜਦੋਂ ਹਰਚਰਨ ਸਿੰਘ ਬਰਾੜ ਨੇ ਲੋਕਪਾਲ ਪਹਿਲੋਂ ਸਭ ਤੋਂ ਪਹਿਲੀ ਵਾਰੀ ਬਣਾਇਆ ਸੀ, ਜੋ ਕਾਂਗਰਸ ਦੇ ਉਹ ਮੁੱਖ ਮੰਤਰੀ ਸਨ, ਬੇਅੰਤ ਸਿੰਘ ਤੋਂ ਬਾਅਦ ਹਰਚਰਨ ਸਿੰਘ ਬਰਾੜ ਬਣੇ ਸਨ, ਪਰ ਉਸ ਤੋਂ ਬਾਅਦ ਲੋਕਪਾਲ ਹੈ ਪਰ ਕਰਪਸ਼ਨ ਉਸੇ ਤਰ੍ਹਾਂ ਹੀ। ਸੋ ਲੋਕਪਾਲ ਨੂੰ ਵੀ ਅਸੀਂ ਇੱਕ ਤਰੀਕੇ ਨਾਲ ਉਹ ਸਿਸਟਮ ਨੂੰ ਹੀ ਕਰਪਟ ਕਰ ਲਿਆ ਸੀ ਪਿੱਛੇ ਜੇ, ਆਪਣੇ ਲੋਕਪਾਲ ਜਿਹੜੇ ਪੰਜਾਬ ਦੇ ਉਹਨਾਂ ਦੀ ਡੈਥ ਹੋ ਗਈ ਆ, ਹੁਣ ਸ਼ਾਇਦ ਨਵੇਂ ਲੋਕਪਾਲ ਆਯੁਕਤ ਹੋਣਗੇ, ਪਰ ਇਹ ਲੋਕਪਾਲ ਆਯੁਕਤ ਕਰਨ ਦਾ ਕੋਈ ਫਾਇਦਾ ਹੋਇਆ ਹੀ ਨਹੀਂ, ਉਹਨਾਂ ਨੂੰ ਨਿਯੁਕਤ ਕਰਨ ਦਾ ਫਾਇਦਾ ਹੀ ਨਹੀਂ ਹੋਇਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਹਦੇ ਬਾਰੇ ਕੀ ਗੱਲ ਕਰਨੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਨ ਬੋਲਦਾ ਵੈਂਕੂਵਰ ਤੋਂ। ਹਾਂਜੀ ਹਾਂਜੀ ਕਰਨ ਜੀ। ਹਾਂਜੀ, ਜਦੋਂ ਅਸੀਂ 18-20 ਸਾਲ ਪਹਿਲਾਂ ਕਾਲਜ ਪੜ੍ਹਦੇ ਹੁੰਦੇ ਸੀ, ਲੱਗਦਾ ਹੁੰਦਾ ਸੀਗਾ ਕਿ ਅਸੀਂ ਬਹੁਤ ਚੰਗੇ ਹਾਂ ਵੀ, ਮਤਲਬ ਹੁਣ ਭ੍ਰਿਸ਼ਟਾਚਾਰ ਹੌਲੀ ਹੌਲੀ ਬੰਦ ਹੋਜੂਗਾ। ਹੁਣ ਸਾਡੇ ਨਾਲ ਦੇ, ਚਲੋ ਅਸੀਂ ਤਾਂ ਇੱਧਰ ਆ ਗਏ, ਹੁਣ ਸਾਡੇ ਨਾਲ ਦੇ ਉੱਥੇ ਜਿਹੜੇ ਅਫਸਰ ਬਣੇ ਉਹ ਵੀ ਉੱਦਾਂ ਹੀ ਕਰਨ ਲੱਗ ਗਏ। ਸੋ ਇਹਨਾਂ ਦੇ, ਮਤਲਬ ਜਿੱਦਾਂ ਇਹ ਸਰਕਾਰਾਂ ਪੁਰਾਣੀਆਂ, ਜਦੋਂ ਇਹਨਾਂ ਦੇ ਵਿੱਚ ਬਿਊਰੋਕਰੇਸੀ ਜਾਂਦੀ ਆ, ਨਵੇਂ ਮੁੰਡੇ ਵੀ ਜਾਂਦੇ, ਉਹ ਵੀ ਉੱਦਾਂ ਦੇ ਹੋ ਜਾਂਦੇ ਆ। ਸੋ ਤੁਹਾਨੂੰ ਇੱਕ ਹੈਗੀ ਆ ਕਿ ਬਾਹਲੇ ਇਹਨਾਂ ਦੇ ਬੰਦੇ ਜਿਹੜੇ ਉਹ ਨਾ ਲਓ, ਕਿਉਂਕਿ ਇਹਨਾਂ ਦੇ ਹੱਡਾਂ 'ਚ ਰਚ ਚੁੱਕੀ ਆ ਇਹ, ਫਿਰ ਮਤਲਬ ਹੌਲੀ ਹੌਲੀ ਜਿਹੜੇ ਤੁਹਾਡੇ ਨਵੇਂ ਆਉਣਗੇ ਉਹਨਾਂ ਨੂੰ ਵੀ ਸਿਖਾਉਣਗੇ। ਸੋ ਉਹਦੇ ਲਈ ਮਤਲਬ ਕਰਨ ਦੀ ਕੋਸ਼ਿਸ਼ ਆ। ਇੱਕ ਮੈਂ ਤੁਹਾਨੂੰ ਆਪਣੀ ਛੋਟੀ ਜਿਹੀ ਉਦਾਹਰਨ ਦਿੰਦਾ, ਸਾਨੂੰ ਚਾਹੀਦਾ ਸੀਗਾ ਮੇਰਾ ਬਰਥ ਸਰਟੀਫਿਕੇਟ ਜਦੋਂ ਅਸੀਂ ਇੰਡੀਆ ਹੁੰਦੇ ਸੀਗੇ ਜੀ। ਸੋ ਉਹ ਓਬੀਅਸਲੀ ਜਿਹੜਾ ਤੁਹਾਡੇ ਜ਼ਿਲ੍ਹੇ ਦਾ ਸਿਵਲ ਹਸਪਤਾਲ ਆ ਉੱਥੋਂ ਮਿਲਣਾ ਚਾਹੀਦਾ, ਉਹ ਉਹਨਾਂ ਨੇ ਸਾਨੂੰ SDM ਦੇ ਭੇਜ ਦਿੱਤਾ, ਤਹਿਸੀਲਦਾਰ ਦੇ ਭੇਜ ਦਿੱਤਾ। ਦੱਸੋ ਹਰੇਕ ਜਗ੍ਹਾ ਤੇ 100-100 ਰੁਪਈਆ ਉਹਨਾਂ ਦਿਨਾਂ ਦੇ ਵਿੱਚ, ਮੈਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰਦਾ, ਰੀਡਰ ਜਿਹੜੇ ਸੀ ਉਹਨਾਂ ਦੇ ਲੱਗੇ ਹੋਏ, ਉਹ ਹਰੇਕ ਹੀ 100-100 ਭਾਲੀ ਜਾਣ। ਹੁਣ ਇੱਕ ਬਰਥ ਸਰਟੀਫਿਕੇਟ ਆ ਉਹਦਾ ਇਕੱਲਾ ਸਿਵਲ ਹਸਪਤਾਲ ਦਾ ਹੀ ਚਾਹੀਦਾ, ਮਤਲਬ ਇੱਦਾਂ ਦੇ ਤੁਸੀਂ ਨਵੇਂ ਲਾ ਲੈ ਕੇ ਆਇਓ ਕਿ ਐਵੇਂ ਲੋਕ ਘੁੰਮੀ ਜਾਂਦੇ ਆ ਉੱਥੇ। ਤੇ ਇੱਕ ਤੁਹਾਨੂੰ ਪੰਜਾਬ ਡਾਇਲੌਗ ਤੇ ਕਹਿਣੀ ਸੀ, ਜਿੱਦਾਂ ਤੁਸੀਂ ਆਹ ਹੁਣ ਮਤਲਬ ਆਪਾਂ ਇੱਥੋਂ ਸ਼ੋ ਕਰਦੇ ਹਾਂ ਇੱਥੇ ਰੇਡੀਓ ਦੇ ਉੱਤੇ ਜਾਂ TV ਦੇ ਉੱਤੇ, ਤੁਸੀਂ ਵੀ ਮਤਲਬ ਦੇਖਿਆ ਹੀ ਆ ਵੀ ਤਕਰੀਬਨ 75% ਕਾਲਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਂਦੀਆਂ ਜੀ। ਹੁਣ ਮੈਂ ਆਪਣੇ ਪਿੰਡ ਦੀ ਛੋਟੀ ਜਿਹੀ ਉਦਾਹਰਨ ਦਿੰਦਾ, ਅਸੀਂ ਇੱਥੇ 15-20 ਫੈਮਿਲੀਆਂ ਰਹਿੰਦੇ ਹਾਂ ਨੌਰਥ ਅਮਰੀਕਾ ਦੇ ਵਿੱਚ। ਮੈਂ ਰਾਤੀ ਹਿਸਾਬ ਕਿਤਾਬ ਲਾਇਆ ਸੀ, ਜਿਹਦੇ ਵਿੱਚੋਂ ਮੈਂ ਇਕੱਲਾ ਹੀ ਕਾਲ ਕਰਦਾ ਤੁਹਾਨੂੰ, ਮੈਂ ਤਾਂ ਇਕੱਲਾ ਹੀ ਸੁਣਿਆ ਜਿੰਨਾ ਵੀ ਮੈਂ ਤੁਹਾਡਾ ਸ਼ੋਅ ਸੁਣਦਾ। ਸੋ ਮੇਰੇ ਕਹੇ ਤੇ ਉੱਥੇ ਜੇ 15-20 ਜਾਂ 50 ਵੋਟਾਂ ਪੈ ਵੀ ਗਈਆਂ, ਸੋ ਬਾਕੀ ਲੋਕਾਂ ਨੂੰ ਤਾਂ ਕੋਈ ਮਤਲਬ ਨਹੀਂ ਗਾ, ਮਤਲਬ ਇਹਦੇ ਵੀ ਭੁਲੇਖੇ ਜਿੰਨਾ ਤੁਸੀਂ ਰਹਿ ਜਾਓ ਕਿ ਨੌਰਥ ਅਮਰੀਕਾ ਜਾਂ ਬਾਹਰਲੇ ਦੇਸ਼ ਟੋਟਲੀ ਸਾਡੇ ਨਾਲ, ਉਹੀ ਅਸੀਂ 50-60 ਬੰਦੇ ਕਾਲਾਂ ਕਰੀ ਜਾਂਦੇ ਤੁਹਾਨੂੰ ਬਾਰ ਬਾਰ, ਤੇ ਉਹ ਉਨੇ ਕੁ ਬੰਦੇ ਕਿੰਨੀਆਂ ਕੁ ਵੋਟਾਂ ਪਾਓਗੇ, ਤੁਹਾਨੂੰ ਇੱਥੇ ਫੋਕਸ ਕਰ ਜ਼ਿਆਦਾ ਕਰਨਾ ਪੈਣਾ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਜਿਹੜੇ ਲੋਕ ਜਿਹਨਾਂ ਨੂੰ ਅਸੀਂ ਕਹਿ ਸਕਦੇ ਉਹ ਤਾਂ ਕਹਾਂਗੇ ਹੀ, ਪਰ ਜਿਹਨਾਂ ਨੂੰ ਅਸੀਂ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਉੱਥੇ ਤੁਸੀਂ ਆਪ ਵੀ ਜਾ ਕੇ ਪੂਰੀ ਤਰ੍ਹਾਂ ਦੇ ਨਾਲ, ਤਾਂ ਕਿ ਕੋਈ ਚੰਗਾ ਦਿਨ ਆ ਜਾਣ। ਥੈਂਕ ਯੂ ਸੰਧੂ ਸਾਹਿਬ। ਡੈਫੀਨੇਟਲੀ ਕਰਨ ਜੀ, ਬਿਲਕੁਲ ਸਾਡੇ ਇੱਥੇ ਅਸੀਂ ਪੂਰੀ ਕੋਸ਼ਿਸ਼ ਹੋ ਰਹੀ ਆ, ਔਰ ਜਿਹੜਾ ਇੱਥੇ ਅਸੀਂ ਡਾਇਲੋਗ ਸ਼ੁਰੂ ਕਰਨ ਜਾ ਰਹੇ ਹਾਂ ਉਹ ਇੱਥੇ ਹੀ ਸ਼ੁਰੂ ਕਰ ਰਹੇ ਹਾਂ। ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਡਾਇਲੋਗ ਨਹੀਂ ਕਰਾਂਗੇ, ਉਹਦੇ ਬਾਰੇ ਗੱਲ ਜ਼ਰੂਰ ਆਪਾਂ TV 'ਤੇ ਰੇਡੀਓ 'ਤੇ ਕਰਾਂਗੇ। ਸੋ ਪੰਜਾਬ ਡਾਇਲੋਗ ਇੱਥੇ ਹੀ ਸ਼ੁਰੂ ਕਰ ਰਹੇ ਹਾਂ, ਔਰ ਸਾਡੀ ਕੋਸ਼ਿਸ਼ ਹੈ ਪੰਜਾਬ ਡਾਇਲੋਗ ਦੇ ਥਰੂ ਵੀ ਲੋਕਾਂ ਤੱਕ ਅਸੀਂ ਪਹੁੰਚ ਕਰ ਸਕੀਏ, ਲੋਕਾਂ ਡਿਫਰੈਂਟ ਵਰਗਾਂ ਤੱਕ ਅਸੀਂ ਪਹੁੰਚ ਕਰ ਸਕੀਏ। ਔਰ ਵਾਕਈ ਵੋਟ ਤਾਂ ਇੱਥੇ ਹੀ ਪੈਣੀ ਆ, ਇੱਥੇ ਤਾਂ ਲੋਕਾਂ ਨੇ ਪਾਉਣੀ ਆ, ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਵੀ ਇੱਥੇ ਵੀ ਉਸੇ ਤਰ੍ਹਾਂ ਦੀ ਮੂਵਮੈਂਟ ਜਿਹੋ ਜਿਹੀ
ਇੱਥੇ ਕੁਝ ਜਿਹੜੇ ਤਬਕੇ ਹੈਗੇ ਆ ਉਹਨਾਂ ਨੂੰ ਕੋਈ ਰੈਜ਼ਰਵੇਸ਼ਨ ਜ਼ਰੂਰ ਹੈ, ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਦੱਸਾਂਗੇ ਅਸੀਂ ਕੀ ਕਰਨਾ ਚਾਹੁੰਦੇ ਹਾਂ, ਬਾਕੀ ਉਹਨਾਂ ਦੀ ਮਰਜ਼ੀ ਆ, ਲੇਕਿਨ ਅਸੀਂ ਉਹਨਾਂ ਨੂੰ ਇਹ ਬਿਲਕੁਲ ਕਲੀਅਰ ਕਰਾਂਗੇ ਕਿ ਸਾਡੀ ਆਹ ਕਮਿਟਮੈਂਟ ਆ, ਸਾਡੀ ਆਹ ਵਚਨਬੱਧਤਾ ਵਾ, ਔਰ ਅਸੀਂ ਸਾਡਾ ਆਹ ਰੋਡ ਮੈਪ ਆ। ਜੇ ਕੋਈ ਹੋਰ ਬੈਟਰ ਰੋਡ ਮੈਪ ਦੇ ਸਕਦਾ ਵਾ ਤਾਂ ਡੈਫੀਨੇਟਲੀ ਉਹਨੂੰ ਵੀ ਵੋਟ ਪੈਣੀ ਚਾਹੀਦੀ ਹੈ। ਜੇ ਤੁਹਾਨੂੰ ਲੱਗਦਾ ਵਾ ਜੇ ਕਿਸੇ ਹੋਰ ਦੀ ਬੈਟਰ ਕਮਿਟਮੈਂਟ ਆ ਤਾਂ ਉਹਨੂੰ ਡੈਫੀਨੇਟਲੀ ਵੋਟ ਪੈਣੀ ਚਾਹੀਦੀ ਹੈ, ਪਰ ਅਸੀਂ ਆਪਣੀ ਜਿਹੜੀ ਕਮਿਟਮੈਂਟ ਆ, ਰੋਡ ਮੈਪ ਆ, ਜੋ ਸਾਡੀ ਪਲਾਨ ਆ, ਨੀਤੀ ਆ, ਔਰ ਸਿੰਸੈਰਿਟੀ ਆ, ਉਹਦਾ ਅਸੀਂ ਇਜ਼ਹਾਰ ਡੈਫੀਨੇਟਲੀ ਕਰਾਂਗੇ। ਇੱਥੇ ਹੁਣ ਸਮਾਂ ਹੋ ਗਿਆ ਇੱਕ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਮੁਲਕ ਦੇ ਵਿੱਚ, ਪੰਜਾਬ ਦੇ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਦੀ, ਇਸ ਬਿਮਾਰੀ ਦਾ ਕੀ ਹੱਲ ਆ, ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਵੱਧ ਰਹੇ ਮੁਲਕ ਦੇ ਵਿੱਚ ਭ੍ਰਿਸ਼ਟਾਚਾਰ ਦੀ। ਲਗਾਤਾਰ ਹਾਲੇ ਵੀ ਨਵੇਂ ਕੇਸ, ਗਬਨ ਦੇ ਕੇਸ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਜੋ ਪੰਜਾਬ ਸਰਕਾਰ ਉੱਤੇ ਆਰੋਪ ਲੱਗਾ ਹੈ ਉਹ ਬਹੁਤ ਸੰਗੀਨ ਹੈ। ਇਹ ਆਰੋਪ ਕਿਸੇ ਪੱਤਰਕਾਰ ਜਾਂ ਅਖਬਾਰ ਜਾਂ ਕਿਸੇ ਵਿਰੋਧੀ ਧਿਰ ਨੇ ਨਹੀਂ ਲਾਇਆ, ਇਹ ਆਰੋਪ ਲਗਾਇਆ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੇ, RBI। RBI ਕੋਈ ਉਹ ਕੋਈ ਮਾਮੂਲੀ ਸੰਸਥਾ ਨਹੀਂ, ਉਹ ਸੰਸਥਾ ਵਾ ਜਿਹੜੀ ਆਰਥਿਕ ਮਸਲਿਆਂ 'ਤੇ, ਫਾਈਨੈਂਸ਼ੀਅਲ ਮੋਨੀਟਰੀ ਇਸ਼ੂਜ਼ ਦੇ ਉੱਤੇ ਸਿਰਫ ਨੀਤੀਆਂ ਹੀ ਨਹੀਂ ਬਣਾਉਂਦੀ, ਬਾਕੀ ਬੈਂਕਾਂ ਨੂੰ ਅਤੇ ਹੋਰਾਂ ਨੂੰ ਸੇਧ ਸਲਾਹ ਹਦਾਇਤਾਂ ਵੀ ਦਿੰਦੀ ਹੈ। ਇਸ ਆਰੋਪ ਮੁਤਾਬਕ ਪਿਛਲੇ ਸਾਲਾਂ 'ਚ ਪੰਜਾਬ 'ਚ ਕਰੀਬ 20,000 ਕਰੋੜ ਦੇ ਅਨਾਜ ਦਾ ਗਬਨ ਹੋਇਆ ਵਾ। RBI ਨੇ ਬਾਕੀ ਬੈਂਕਾਂ ਨੂੰ ਪੰਜਾਬ ਸਰਕਾਰ ਪ੍ਰਤੀ ਖਬਰਦਾਰ ਕੀਤਾ ਵਾ, ਕੌਸ਼ਨ ਕੀਤਾ, ਔਰ ਕਿਹਾ ਵਾ ਵੀ 12,000 ਕਰੋੜ ਰੁਪਏ ਦੇ ਜਿਹੜੇ ਕਰਜ਼ੇ ਆ ਪੰਜਾਬ ਸਰਕਾਰ ਨੂੰ ਉਹ ਬੈਡ ਡੈਟ ਹੋ ਗਏ। ਇਸ ਨਾਲ ਪੰਜਾਬ ਸਰਕਾਰ ਦੀ ਹੋਰ ਕਰਜ਼ਾ ਲੈਣ ਦੀ ਸਮਰੱਥਾ ਬਹੁਤ ਘੱਟ ਗਈ ਆ, ਔਰ ਇਸੇ ਕਰਕੇ ਜਿਹੜੇ ਫਾਰਮਰਸ ਆ ਸਫ਼ਰ ਕਰ ਰਹੇ ਆ, ਉਹਨਾਂ ਨੂੰ ਆਪਣੀ ਜਿਨਸ ਦਾ, ਅਨਾਜ ਦਾ, ਜਿਹੜਾ ਉਹਨਾਂ ਨੇ ਜਿਹੜੀ ਕਣਕ ਜਿਹੜੀ ਆ ਉਹ ਮੰਡੀਆਂ 'ਚ ਲੈ ਕੇ ਗਏ, ਉਹਦਾ ਹਾਲ ਤੱਕ ਪਿਛਲੇ 20 ਦਿਨਾਂ ਤੋਂ ਪੈਸਾ ਨਹੀਂ ਮਿਲਿਆ। ਹੁਣ ਕਹਿੰਦੇ ਆ ਪੈਸਾ ਰਿਲੀਜ਼ ਹੋਇਆ ਔਰ ਪੈਸਾ ਹੌਲੀ ਹੌਲੀ ਮਿਲਣਾ ਸ਼ੁਰੂ ਹੋਊਗਾ। ਇਹ ਪੈਸਾ ਗਿਆ ਕਿੱਧਰ? ਇਹ ਪੈਸਾ ਜਿਹੜਾ ਵਾ ਹੋ ਸਕਦਾ ਵਾ ਕੁਝ ਇਹਦਾ ਗਬਨ ਹੋਇਆ ਹੋਵੇ, ਕੁਝ ਡਾਈਵਰਟ ਕੀਤਾ ਗਿਆ ਵਾ ਉਹਨਾਂ ਸਕੀਮਾਂ 'ਚ ਜਿਹੜੇ ਬਜਟ ਦੇ ਵਿੱਚ ਜਿਹਨਾਂ ਵਾਸਤੇ ਪੈਸਾ ਨਹੀਂ ਰੱਖਿਆ ਗਿਆ ਸੀ, ਸੰਗਤ ਦਰਸ਼ਨ, ਆਟਾ ਦਾਲ ਸਕੀਮ ਜਾਂ ਤੀਰਥ ਯਾਤਰਾ ਵਗੈਰਾ ਵਗੈਰਾ। ਬਾਹਰਲੇ ਮੁਲਕਾਂ ਦੇ ਵਿੱਚ ਭ੍ਰਿਸ਼ਟਾਚਾਰ 'ਤੇ ਨੱਥ ਪਾਉਣ ਲਈ ਕੀ ਕੀਤਾ ਜਾਂਦਾ ਉਹਦੇ ਬਾਰੇ ਵੀ ਗੱਲ ਕਰਾਂਗੇ। ਸੱਜਣ ਕੁਝ ਜੁੜੇ ਆ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ, ਫਿਰ ਮੈਂ ਬਾਹਰਲੇ ਮੁਲਕਾਂ ਦੀ ਵੀ ਗੱਲ ਕਰੂੰਗਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲ ਰਿਹਾ ਜੀ, ਸਪ੍ਰਿੰਗਫੀਲਡ ਤੋਂ। ਹਾਂਜੀ ਬਲਵਿੰਦਰ ਜੀ, ਅੰਕਲ ਜੀ ਦੇਖੋ ਦੋ ਤਿੰਨ ਗੱਲਾਂ ਕਰਾਂਗਾ, ਟਾਈਮ ਘੱਟ ਲਵਾਂਗਾ। ਪਹਿਲੀ ਗੱਲ ਤਾਂ ਅੱਜ ਜਿਹੜੀ ਮੇਨ ਤੁਸੀਂ ਸ਼ੁਰੂ ਕੀਤੀ ਆਪਣੇ ਕਿੰਗ ਫਿਸ਼ਰ ਭਾਜੀ ਤੋਂ ਆਪਣੇ, ਕਿ ਉਹ ਤਾਂ ਮਤਲਬ ਸਿੰਪਲ ਜਿਹਾ ਹੈਗਾ ਕਿ ਇਟਸ ਮੋਰ ਕਰਪਸ਼ਨ ਦੇ ਨਾਲੋਂ ਇਟਸ ਮੋਰ ਅਬਾਊਟ ਫ੍ਰੈਂਡ ਵਿਦ ਅ ਬੈਨੀਫਿਟ। ਰਾਈਟ, ਅਮੈਰੀਕਾ ਦੇ ਵਿੱਚ ਦੋ ਮੂਵੀਆਂ ਬਣੀਆਂ ਨੇ, ਉਹਨਾਂ ਦੇ ਸਿਮਿਲਰ ਐਕਟਰਸ ਵੀ ਸੇਮ ਨੇ, ਡਾਇਰੈਕਟਰਸ ਵੀ ਸੇਮ ਨੇ, ਪ੍ਰੋਡਿਊਸਰ ਵੀ ਸੇਮ ਨੇ। ਉਹਦੀ ਪਹਿਲੀ ਮੂਵੀ ਆਈ ਸੀ ਫ੍ਰੈਂਡ ਵਿਦ ਅ ਬੈਨੀਫਿਟ, ਦੂਸਰੀ ਮੂਵੀ ਆਈ ਉਹਨਾਂ ਦੀ ਕਿ ਨੋ ਸਟ੍ਰਿੰਗ ਅਟੈਚ। ਇਹਨਾਂ ਦੋਨਾਂ ਮੂਵੀਆਂ ਦਾ ਪੋਲਿਟਿਕਸ ਦੇ ਨਾਲ ਜਾਂ ਕਰਪਸ਼ਨ ਦੇ ਨਾਲ ਕੋਈ ਲੈਣਾ ਦੇਣਾ ਹੈਗਾ, ਬਿਲਕੁਲ ਯੰਗ ਲੋਕਾਂ ਦੀ ਹੈਗੀ ਹੈ ਮੂਵੀ। ਅੱਛਾ ਜੀ, ਫ੍ਰੈਂਡ ਵਿਦ ਦ ਬੈਨੀਫਿਟ ਪਰ ਮੇਰੇ ਪੇਰੈਂਟਸ ਨੇ ਸ਼ੁਰੂ ਤੋਂ ਦੱਸਿਆ ਕੁਛ ਵੀ ਟੀਵੀ ਤੇ ਦੇਖੋ ਉਹ ਚ ਸਿੱਖੋ ਜ਼ਰੂਰ। ਓਕੇ, ਹੁਣ ਫ੍ਰੈਂਡ ਵਿਦ ਦ ਬੈਨੀਫਿਟ ਮੀਨਸ ਇਟਸ ਸਿੰਪਲ ਕਿ ਤੁਹਾਡਾ ਕੋਈ ਫ੍ਰੈਂਡਸ ਤੋਂ ਤੁਸੀਂ ਕੋਈ ਫਾਇਦਾ ਲੈ ਸਕਦੇ ਹੋ, ਇਟ ਇਜ਼ ਇਨਡਾਇਰੈਕਟਲੀ ਅ ਕਰਪਸ਼ਨ। He's not supposed to do it because he's your friend. He's going to do it. It's called friends with the benefit. Right. Ose director ne dwara movie banayi no string attached. Right. Means ke tusi friend ho sakde ho, par oh apna kam karega te oh dusra apna kam karega. Je mainu tere bare koi changi gal nahi lagi te main tere fayda nahi karanga unless other it's allowed by law. Right. ਇਹ ਤਾਂ ਹੈਗਾ ਵਾ ਜੀ ਆਪਣੇ ਕਿੰਗ ਫਿਸ਼ਰ ਸਾਹਿਬ ਦਾ ਪ੍ਰੋਬਲਮ ਕਿ ਇਟਸ ਆਲ ਅਬਾਊਟ ਫਰੈਂਡਸ਼ਿਪ, ਅਗਲਿਆਂ ਦੀ ਚੱਲਦੀ ਆ, ਚਲਾ ਲਿਆ, ਸਾਰੇ ਲੋਕੀ ਜਾਣਦੇ ਨੇ, ਇਟਸ ਓਕੇ। ਉਹ ਤਾਂ ਇੱਕ ਗੱਲ ਹੈਗੀ ਆ, ਹੋਰ ਇਸ ਤੋਂ ਵੱਡੇ ਵੱਡੇ ਮੁੱਦੇ ਪਏ ਨੇ, ਬੜੇ ਉੱਥੇ ਇੰਡਸਟਰੀਅਲ ਹੈਗੇ ਨੇ ਜਿਹਨਾਂ ਨੇ ਪੈਸੇ ਨਹੀਂ ਦਿੱਤੇ। ਉਸ ਤੋਂ ਬਾਅਦ ਮੈਂ ਤਿੰਨ ਕੁ ਹੋਰ ਗੱਲਾਂ ਜ਼ਰੂਰ ਕਰਨਾ ਚਾਹਾਂਗਾ, ਮੈਨੂੰ ਇੱਕ ਮਿੰਟ ਮੋਰ ਦਿਓ। ਇੱਕ ਗੱਲ ਤੁਸੀਂ ਕੀਤੀ ਆ ਕਿ ਵਿਟਨੈਸ, ਲੋਕੀ ਟਾਈਮ ਦੇ ਨਾਲ ਵਿਟਨੈਸ ਭੱਜ ਜਾਂਦੇ ਹੈਗੇ ਨੇ, ਡਰ ਜਾਂਦੇ ਹੈਗੇ ਨੇ। ਦੇਖੋ ਕਿ ਸਿਸਟਮ ਇਸ ਤਰ੍ਹਾਂ ਦਾ ਕ੍ਰੀਏਟ ਹੋਣਾ ਚਾਹੀਦਾ ਹੈਗਾ ਕਿ ਨੋਬਡੀ ਸ਼ੁਡ ਨੋ ਹੂ ਇਜ਼ ਦੀ ਵਿਟਨੈਸ। ਇੱਥੇ ਜਦੋਂ ਜੂਰੀ ਸਿਲੈਕਟ ਹੁੰਦੀ ਆ ਤੇ ਵਿਟਨੈਸ ਨੂੰ ਜੂਰੀ ਨਾਲ ਮਿਲਾਇਆ ਜਾਂਦਾ ਹੈ, ਨਾ ਕਿ ਕਨਵਿਕਟਡ ਦੇ ਨਾਲ। ਓਕੇ, ਇਸ ਲਈ ਉਹਦੀ ਫੁੱਲ ਪ੍ਰੋਟੈਕਸ਼ਨ ਕੀਤੀ ਜਾਂਦੀ ਹੈਗੀ। ਇਹ ਇੱਕ ਮੁੱਦਾ ਹੋ ਗਿਆ, ਠੀਕ ਆ। ਉਸ ਤੋਂ ਬਾਅਦ ਤੁਸੀਂ ਇੱਕ ਹੋਰ ਗੱਲ ਕੀਤੀ ਸੀਗੀ ਕਿ ਆਪਣੇ ਕਰਪਸ਼ਨ, ਦੇਖੋ ਦੋ ਤਰ੍ਹਾਂ ਦੀ ਹੈਗੀ ਭਾਜੀ, 30 more seconds। ਓਕੇ, ਕਰਪਸ਼ਨ ਇੱਕ ਤਾਂ ਹੈਗੀ ਆ ਕਿ ਇੰਡੀਆ ਦੇ ਵਿੱਚ ਐਕਸੀਡੈਂਟਲ ਜਦੋਂ ਕ੍ਰਾਈਮ ਹੁੰਦੇ ਹੈਗੇ ਨੇ, ਇਟਸ ਐਕਸੀਡੈਂਟ। ਜੇ ਆਪਣੇ ਇੰਡੀਆ ਦੇ ਵਿੱਚ ਇੰਸ਼ੋਰੈਂਸ
ਸੀ ਜਿਹੜੀ ਹੈਗੀ ਆ ਉਹ ਇੰਪੋਜ਼ ਕੀਤੀ ਜਾਵੇ ਵਧੀਆ ਤਰੀਕੇ ਦੇ ਨਾਲ, ਤਾਂ ਮੈਨੂੰ ਲੱਗਦਾ 50% ਕਰਪਸ਼ਨ ਸ਼ਾਇਦ ਉੱਥੇ ਖਤਮ ਹੋ ਜਾਏਗੀ। ਦੈਨ ਇੰਸ਼ੋਰੈਂਸ ਕੰਪਨੀ ਇਜ਼ ਲਾਇਬਲ, ਨੋਬਡੀ ਐਲਸ ਇਜ਼ ਲਾਇਬਲ। ਲੈਟਸ ਸੀ ਕਿ ਤੁਹਾਡਾ ਐਕਸੀਡੈਂਟ ਤੁਹਾਡੀ ਕਾਰ ਦੇ ਨਾਲ ਕਿਸੇ ਦਾ ਹੋ ਜਾਂਦਾ ਕਿਉਂਕਿ ਤੁਹਾਡੇ ਤੇ ਕੇਸ ਕਰਦੇ ਨੇ, ਤੁਹਾਡੇ ਕੋਲ ਚਾਰ ਪੈਸੇ ਹੈਗੇ ਨੇ, ਗਰੀਬ ਨੂੰ ਕੁਛ ਮਿਲਦਾ ਨੀ ਹੈਗਾ, ਕੇਸ ਰਫਾ ਦਫਾ ਕਰਤਾ ਅਮੀਰ ਨੇ। ਪਰ ਜੇ ਇੱਥੇ ਇੰਸ਼ੋਰੈਂਸ ਇੰਸ਼ੋਰੈਂਸ ਹੁੰਦੀ ਤਾਂ ਉੱਥੇ ਤੁਸੀਂ ਕੋਈ ਕਰਪਸ਼ਨ ਨਹੀਂ ਦੇਣੀ, ਇੰਸ਼ੋਰੈਂਸ ਨੂੰ ਆਪੇ ਪੈਸੇ ਦੇਣੇ ਪੈਣੇ ਸੀਗੇ ਜੇ ਇਹ ਇੰਪੋਜ਼ ਹੋਈ ਹੋਵੇ ਸਹੀ ਤਰੀਕੇ ਨਾਲ। ਦੂਸਰਾ ਕਰਪਸ਼ਨ ਉੱਥੇ ਹੈਗਾ ਕਿ ਜੇ ਐਕਚੁਅਲੀ ਕ੍ਰਾਈਮ ਕਮਿਟਡ ਕੀਤਾ ਜਾਂਦਾ ਹੈਗਾ ਵਾ, ਦੈਨ ਆਈ ਅੰਡਰਸਟੈਂਡ ਕਿ ਦੈਨ ਇਟਸ ਬਿਗ ਟਾਈਮ ਗੋਇੰਗ ਔਨ ਓਵਰ ਦੇਅਰ, ਦੈਨ ਨੋਬਡੀ ਐਕਚੁਅਲੀ ਕੈਨ ਸਟਾਫ ਇਟ ਅਨਲੈਸ ਅਦਰਵਾਈਜ਼। ਲੱਕੀਲੀ ਸਾਡੇ ਕੋਈ ਸਿਸਟਮ ਇਸ ਤਰ੍ਹਾਂ ਦਾ ਹੋ ਜਾਏ ਕਿ ਵਿਟਨੈਸ ਵਾਕਈ ਨਹੀਂ ਡਰੇਗਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਈਵਨ ਜੂਰੀ ਨੂੰ ਇਹ ਦੱਸਿਆ ਜਾਂਦਾ ਹੈਗਾ ਕਿ ਤੁਸੀਂ 7 ਦਿਨ ਟ੍ਰਾਇਲ ਚੱਲੇਗਾ, ਤੁਹਾਨੂੰ ਜੋ ਜੋ ਇਸ ਕੇਸ ਵਰਤਿਆ ਜਾਏਗਾ ਤੁਸੀਂ ਨਾਟ ਈਵਨ ਆਨਲਾਈਨ ਤੇ ਤੁਸੀਂ ਕਿਸੇ ਨੂੰ ਟੈਕਸ ਨਹੀਂ ਕਰ ਸਕਦੇ, ਤੁਸੀਂ ਕਿਸੇ ਸੋਸ਼ਲ ਮੀਡੀਆ ਤੇ ਕੋਈ ਖਬਰ ਨਹੀਂ ਦੱਸ ਸਕਦੇ ਕਿ ਇਹ ਵਿਟਨੈਸ ਕੌਣ ਹੈ ਤੇ ਇਸ ਕੇਸ ਬਾਰੇ ਵੀ ਕੋਈ ਗੱਲ ਨਹੀਂ ਕਰ ਸਕਦੇ ਜਦ ਤੱਕ ਇਹ ਕੇਸ ਰਫਾ ਦਫਾ ਨਹੀਂ ਹੋ ਜਾਂਦਾ। ਬਸ ਮਿਹਰਬਾਨੀ ਮਿਹਰਬਾਨੀ ਬਲਵਿੰਦਰ ਜੀ, ਬਹੁਤ ਚੰਗੇ ਸੁਝਾਅ ਆ। ਬਾਹਰ ਜਿਹੜਾ ਜੂਰੀ ਸਿਸਟਮ ਆ ਉਹਦੇ 'ਤੇ ਨਿਗਾਹ ਮਾਰਨ ਦੀ ਲੋੜ ਆ, ਉੱਥੋਂ ਕਈ ਚੀਜ਼ਾਂ ਅਸੀਂ ਲੈ ਸਕਦੇ ਹਾਂ। ਇੱਕ ਚੀਜ਼ ਉਹ ਆ ਵੀ ਜਿਹੜਾ ਵਿਟਨੈਸ ਆ ਉਹ ਅਕਿਊਜ਼ਡ ਜਿਹੜਾ ਵਾ ਉਹਦੇ ਨਾਲ ਉਹਨੂੰ ਨਾਮ ਲਾਇਆ ਜਾਵੇ, ਉਹ ਜੂਰੀ ਜਾਂ ਜੱਜ ਜਿਹੜੇ ਆ ਉਹਨਾਂ ਤੱਕ ਹੀ ਉਹਦੀ ਪਹੁੰਚ ਉਹਨੂੰ ਪਹੁੰਚ ਕਰਾਈ ਜਾਵੇ ਔਰ ਉਹ ਉਹਨੂੰ ਅਸੈਸ ਕਰਨ ਵੀ ਇਹ ਵਿਟਨੈਸ ਜਿਹੜਾ ਕ੍ਰੈਡੀਬਲ ਵਿਟਨੈਸ ਆ, ਸਹੀ ਵਿਟਨੈਸ ਆ ਕਿ ਨਹੀਂ ਵਿਟਨੈਸ। ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਆ, ਮੈਂ ਦੁਬਾਰਾ ਰਿਪੀਟ ਨਹੀਂ ਕਰਨੀ ਚਾਹੁੰਦਾ। ਡੈਫੀਨੇਟਲੀ ਇਹ ਸਾਡਾ ਅੱਜ ਮਕਸਦ ਹੀ ਇਹ ਵਾ ਇਹਦੇ 'ਤੇ ਡਿਸਕਸ਼ਨ ਕਰਨ ਦਾ ਵੀ ਇਹਦੇ 'ਤੇ ਚੰਗੇ ਸੁਝਾਅ ਜਿਹੜੇ ਆ ਸਕਣ ਔਰ ਬਾਹਰਲੇ ਮੁਲਕਾਂ ਤੋਂ ਅਸੀਂ ਕੋਈ ਨਾ ਕੋਈ ਸਿੱਖ ਲੈ ਸਕੀਏ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹਾਂਜੀ ਸਾਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਗੋਪਾਲ ਤੋਮਾ ਬੋਲ ਰਿਹਾ ਯੂਨੀਵਰਸਿਟੀ ਤੋਂ। ਹਾਂਜੀ ਭਾਈ ਸਾਹਿਬ, ਮੇਰਾ ਫੋਕਸ ਪੁਆਇੰਟ ਪਹਿਲਾਂ ਇਹ ਆ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਹਾਈ ਹੋਣੀ ਚਾਹੀਦੀ ਆ। ਓਕੇ, ਫ੍ਰੀ ਐਂਡ ਫੇਅਰ ਹੋਣੀ ਚਾਹੀਦੀ ਆ। ਜਿਹੜੀਆਂ ਮਾਸਟਰ ਡਿਗਰੀਆਂ PhD ਬੱਚੇ ਕਰਦੇ ਆ ਉਹਨਾਂ ਦੀ ਬਿਲਕੁਲ ਐਜੂਕੇਸ਼ਨ ਹਾਈ ਲੈਵਲ ਦੀ ਚਾਹੀਦੀ ਆ। ਓਕੇ, ਸੈਕਿੰਡ ਪੁਆਇੰਟ ਮੇਰਾ ਹੈਲਥ 'ਤੇ ਆ ਵੀ ਹੈਲਥ ਦੇ ਵੀ ਬੈਨੀਫਿਟ ਇਹੋ ਜਿਹੇ ਚਾਹੀਦੇ ਆ। ਐਜੂਕੇਸ਼ਨ ਪੁਆਇੰਟ ਮਿਲਿਆ, ਕੋਈ ਵੀ ਭ੍ਰਿਸ਼ਟ ਅਫਸਰ ਫੜਿਆ ਜਾਂਦਾ ਉਹ ਬਜਾਏ ਸਸਪੈਂਡ ਦੇ ਉਹਨੂੰ ਟਰਮੀਨੇਟ ਕਰਨਾ ਚਾਹੀਦਾ, ਉੱਥੇ ਉਹ ਕਦੇ ਵੀ ਬਹਾਲ ਨਹੀਂ ਹੋਣਾ ਚਾਹੀਦਾ। ਓਕੇ, ਤੇ ਕੇਸਿਸ ਦੀ ਜਿਹੜੀ ਆ ਟਾਈਮ ਲਿਮਿਟ ਹੋਣੀ ਚਾਹੀਦੀ ਆ, ਜਦੋਂ ਵੀ ਕੇਸ ਹੈਗਾ ਉਹਦਾ 6 ਮਹੀਨੇ 8 ਮਹੀਨੇ ਫੈਸਲਾ ਹੋਣਾ ਚਾਹੀਦਾ। ਓਕੇ, ਤੇ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ। ਟੈਕਸ ਪ੍ਰਣਾਲੀ ਜਿਹੜੀ ਆ ਉਹਨੂੰ ਬਿਲਕੁਲ ਸੂਤਰ ਦੇ ਵਿੱਚ ਲਿਆਉਣਾ ਚਾਹੀਦਾ, ਬੜੇ ਤਰੀਕੇ ਨਾਲ ਈਜ਼ੀ ਟੈਕਸ ਪ੍ਰਣਾਲੀ ਹੋਣੀ ਚਾਹੀਦੀ ਹੈ। ਬੜੇ ਚੰਗੇ ਸੁਝਾਅ ਦਿੱਤੇ ਆ ਕਿ 4-5 ਸਟੈਪ ਉਹਨਾਂ ਨੇ ਦੱਸੇ ਆ ਵੀ ਆਹ ਸਟੈਪ ਲੈ ਜਾਣ ਅਤੇ ਉਹਦੇ ਨਾਲ ਸਿਚੁਏਸ਼ਨ ਦੇ ਵਿੱਚ ਬਿਹਤਰੀ ਆ ਸਕਦੀ ਆ। ਇੱਥੇ ਮੈਂ ਇੱਕ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਵੀ ਬਾਹਰਲੇ ਮੁਲਕਾਂ 'ਚ ਭ੍ਰਿਸ਼ਟਾਚਾਰ ਨੂੰ ਬਹੁਤ ਸਖਤੀ ਨਾਲ ਲਿਆ ਜਾਂਦਾ ਵਾ। ਪਿੱਛੇ ਜੇ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਜਿਹੜੇ ਪਨਾਮਾ ਪੇਪਰਸ ਆਏ ਅਖਬਾਰਾਂ ਦੇ ਵਿੱਚ ਉਹਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸੇ ਤਰ੍ਹਾਂ ਹੀ ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਵੀ ਕਈ ਦਿਨਾਂ ਤੋਂ ਇਸ ਮਸਲੇ 'ਤੇ ਆਪਣੀ ਸਫਾਈ ਅੱਜ ਕੱਲ੍ਹ ਦੇ ਰਹੇ ਆ। ਕੁਝ ਇੰਡੀਅਨਸ ਦੇ ਵੀ ਨਾਂ ਆਏ ਆ ਪਰ ਉਹ ਮੇਰੇ ਖਿਆਲ ਪਹਿਲਾਂ ਮਸਲਾ ਆਇਆ ਅਖਬਾਰਾਂ ਦੇ ਵਿੱਚ ਅਤੇ ਹੌਲੀ ਹੌਲੀ ਅਖਬਾਰਾਂ ਤੋਂ ਵੀ ਅਖਬਾਰਾਂ ਦੇ ਪੰਨਿਆਂ ਤੋਂ ਵੀ ਚਲਾ ਗਿਆ। ਕੁਝ ਮਹੀਨੇ ਪਹਿਲਾਂ ਮੈਨੂੰ ਯਾਦ ਹੈ ਆਸਟ੍ਰੇਲੀਆ ਦੇ ਸਪੀਕਰ ਨੂੰ ਮੇਰੇ ਖਿਆਲ $5,000-6,000 ਦੇ ਦੁਰਉਪਯੋਗ ਕਰਕੇ ਉਹਨਾਂ ਨੇ ਕੋਈ ਗਲਤ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਸੀਗਾ, ਉਹਦੀ ਉਹਨਾਂ ਦੀ ਬਹੁਤ ਆਲੋਚਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ, ਪੈਸਾ ਵਾਪਸ ਦੇਣਾ ਪਿਆ, ਮੁਆਫੀ ਮੰਗਣੀ ਪਈ, ਸ਼ਾਇਦ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਹੋਈ। ਸੋ ਇਹੋ ਜਿਹੀ ਜਿਹੜੀ ਜ਼ੀਰੋ ਟੋਲਰੈਂਸ ਆ ਉਹ ਸਾਡੇ ਇੱਥੇ ਵੀ ਲਿਆਉਣ ਦੀ ਲੋੜ ਆ। ਦੇਖਦੇ ਹਾਂ ਸਾਡੇ ਬਾਕੀ ਕਾਲਰਸ ਜਿਹੜੇ ਆ ਉਹ ਕੀ ਵਿਚਾਰ ਦੇਣੇ ਚਾਹੁੰਦੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਮੈਂ ਰਮਨਦੀਪ ਬੋਲ ਰਹੀ ਹਾਂ ਨਿਊਜ਼ੀਲੈਂਡ ਤੋਂ। ਰਮਨਦੀਪ ਨਿਊਜ਼ੀਲੈਂਡ ਤੋਂ? ਹਾਂਜੀ, ਆਕਲੈਂਡ ਤੋਂ। ਤੁਸੀਂ ਮੇਰੇ ਖਿਆਲ ਇੰਟਰਨੈਟ ਦੇ ਜ਼ਰੀਏ ਵੇਖ ਰਹੇ ਪ੍ਰੋਗਰਾਮ? ਹਾਂਜੀ ਅੰਕਲ। ਹਾਂਜੀ, ਵੈਰੀ ਗੁੱਡ ਵੈਰੀ ਗੁੱਡ। ਦੱਸੋ ਕੀ ਵਿਚਾਰ ਨੇ ਤੁਹਾਡੇ। ਅੰਕਲ, ਮੈਂ ਇੱਥੇ ਇਹ ਕਹਿਣਾ ਚਾਹਾਂਗੀ ਕਿ ਆਪਣੀ ਐਜੂਕੇਸ਼ਨ ਨੂੰ ਲੈ ਕੇ ਆਪਾਂ ਇੰਡੀਆ ਦੇ ਵਿੱਚ ਹਿਊਮਨ ਵੈਲਿਊਜ਼ ਨੂੰ ਨਹੀਂ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਪਾਉਂਦੇ। ਇੱਥੇ ਹਰੇਕ ਚੀਜ਼ ਕਿ ਨਿਊਜ਼ੀਲੈਂਡ ਮੇਰੇ ਖਿਆਲ ਤੋਂ ਵਰਲਡ ਦੇ ਵਿੱਚ ਮੋਸਟ ਓਨੈਸਟ ਨੇਸ਼ਨ ਮੰਨੀ ਜਾਂਦੀ ਹੈ, ਕਿਉਂਕਿ ਇੱਥੇ ਸ਼ੁਰੂ ਤੋਂ ਹੀ ਬੱਚਿਆਂ ਦੇ ਵਿੱਚ ਇਹ ਵੈਲਿਊ ਪਾਈ ਜਾਂਦੀ ਹੈ ਕਿ ਯੂ ਹੈਵ ਟੂ ਟੈਲ ਦ ਟਰੂਥ, ਯੂ ਹੈਵ ਟੂ ਬੀ ਓਨੈਸਟ ਅਬਾਊਟ ਐਵਰੀਥਿੰਗ। ਤੁਸੀਂ ਕੁਛ ਵੀ ਕਰਦੇ ਆ ਤੁਹਾਨੂੰ ਹਰੇਕ ਚੀਜ਼ 'ਚ ਓਨੈਸਟ। ਇੱਥੇ ਵਰਡ ਆਫ ਮਾਊਥ ਦੀ ਐਡੀ ਕੁ ਵੈਲਿਊ ਹੈ ਕਿ ਜੇ ਮੈਂ ਕਹਿਤਾ ਕਿ ਤੂੰ ਮੈਨੂੰ ਮੈਂ ਤੈਨੂੰ $100 ਦੇਣੇ ਤੇ ਮੈਂ ਦਊਂਗੀ, ਦੇ ਜਸਟ ਗੋ ਬਾਏ ਵਰਡ ਆਫ ਮਾਊਥ ਇੱਥੇ। ਰਾਈਟ, ਆਪਣੇ ਇੰਡੀਆ 'ਚ ਉਹ ਚੀਜ਼ ਬਿਲਕੁਲ ਨਹੀਂ ਹੈ। ਆਪਾਂ ਹਿਊਮਨ ਵੈਲਿਊਜ਼ ਉਹ ਚੀਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੀ ਨਹੀਂ।
ਜੇ ਅਸੀਂ ਬੱਚਿਆਂ ਨੂੰ ਘਰੇ ਨਹੀਂ ਸਿਖਾਵਾਂਗੇ ਤੇ ਬਾਹਰ ਜਾ ਕੇ ਬੱਚਿਆਂ ਨੇ ਕੀ ਕਰਨਾ। ਇੱਕ ਇਹ ਚੀਜ਼ ਹੋਈ ਜੀ। ਇੱਥੇ ਅੰਕਲ ਹੁਣ ਤੁਸੀਂ ਜਿੱਦਾਂ ਕ੍ਰੈਡਿਟ ਕਾਰਡ ਯੂਜ਼ ਦਾ ਕਹਿਤਾ, ਇੱਥੇ ਅੰਕਲ ਮੈਂ ਪੋਲੀਟੀਸ਼ੀਅਨ ਦਾ ਆ ਵੀ ਦੇਖਿਆ ਕਿ ਉਹਨਾਂ ਦੀ ਇਹ ਸਟੇਟਮੈਂਟਸ ਵੱਲੋਂ ਇਹਨਾਂ ਦੇ ਕ੍ਰੈਡਿਟ ਕਾਰਡ ਮਿਲਦੇ ਨੇ, ਉਹਨਾਂ ਦੀ ਸਾਰੀਆਂ ਸਟੇਟਮੈਂਟਸ ਪਬਲਿਕ ਹੁੰਦੀਆਂ ਨੇ, ਸੋ ਦੈਟ ਦੇ ਆਲ ਹੈਵ ਵੀ ਆਲ ਹੈਵ ਟ੍ਰਾਂਸਪੇਰੈਂਸੀ ਐਸ ਟੂ ਵਟ ਦੇ ਆਰ ਡੂਇੰਗ ਜੀ। ਅਤੇ ਜੇ ਉਹ ਇੱਥੇ ਇੱਕ ਪੋਲੀਟੀਸ਼ੀਅਨਸ ਨੂੰ ਪੋਲੀਟੀਸ਼ੀਅਨ ਅੰਕਲ ਆਈ ਥਿੰਕ ਰਿਜ਼ਾਈਨ ਵੀ ਕਰਨਾ ਪੈ ਗਿਆ ਸੀ ਬਿਕੋਜ਼ ਹੀ ਵੈਂਟ ਔਨ ਐਨ ਆਫਿਸ ਟ੍ਰਿਪ, ਬਟ ਉਹਨੇ ਆਪਣੇ ਪਰਸਨਲ ਯੂਜ਼ ਲਈ ਇੱਕ ਵਾਟਰ ਬੋਟਲ ਜਾਂ ਕੌਫੀ ਵੀ ਪਰਚੇਸ ਕੀਤੀ ਸੀ ਜੀ। ਅਤੇ ਇੱਥੇ ਇਸ ਲੈਵਲ ਤੱਕ ਸਕਰੂਟੀਨਿਟੀ ਹੁੰਦੀ ਹੈ, ਜਦਕਿ ਇੰਡੀਆ 'ਚ ਆਪਣੇ ਉਹ ਚੀਜ਼ ਨਹੀਂ ਹੈਗੀ। ਮੈਨੂੰ ਨਹੀਂ ਲੱਗਦਾ ਇੰਡੀਆ ਦੇ ਵਿੱਚ ਕੋਈ ਚੀਜ਼ ਪਬਲਿਕ ਹੁੰਦੀ ਹੈ। ਅਤੇ ਇੱਥੇ ਹਰੇਕ ਚੀਜ਼ ਜਿੱਦਾਂ ਹੁਣ ਅੰਕਲ ਇੱਥੇ ਇੱਕ ਕੇਸ ਹੋਇਆ ਸੀ, ਓਵਰ $10 million ਦਾ ਬੈਂਕ ਡਰਾਫਟ ਓਵਰ ਡਰਾਫਟ ਕਿਸੇ ਨੂੰ ਗਲਤੀ ਨਾਲ ਦਿੱਤਾ ਸੀ $1 lakh ਲੈ ਕੇ, ਤੇ ਇਹਨਾਂ ਦੀ ਐਕਸਟ੍ਰੈਡੀਸ਼ਨ ਪੋਲਿਸੀਜ਼ ਨੇ ਡਿਫਰੈਂਟ ਕੰਟਰੀਜ਼ ਨਾਲ, ਉਹ ਬੰਦਾ ਐਕਸਟਰਾ ਪੈਸੇ ਲੈ ਕੇ ਇੱਥੋਂ ਨੱਠ ਵੀ ਗਿਆ, ਪਰ ਇਹਨਾਂ ਨੇ ਟਰੈਕ ਕਰਕੇ ਉਹ ਬੰਦਾ ਵਾਪਸ ਲੈ ਕੇ ਆਇਆ ਵਿਦਇਨ ਫਿਊ ਮੰਥਸ ਟਾਈਮ। ਓਕੇ, ਜੇ ਇੰਡੀਆ ਕਰਨ 'ਤੇ ਆਵੇ ਤਾਂ ਆਈ ਬਿਲੀਵ ਕਰ ਸਕਦਾ, ਬਟ ਉਹ ਮੈਂ ਨਹੀਂ ਕਹੂੰਗੀ ਕਿ ਪੋਲੀਟੀਸ਼ੀਅਨਸ ਨੂੰ ਪੈਸੇ ਖਿਲਾਏ ਨੇ ਜਾਂ ਕੀ ਨੇ, ਬਟ ਉਹ ਜੇ ਇੰਡੀਆ ਕਰਨ 'ਤੇ ਆਵੇ ਸਾਰਾ ਕੁਛ ਕਰ ਸਕਦੇ ਨੇ, ਬਸ ਆਪਾਂ ਕਰਦੇ ਨਹੀਂ ਹੈਗੇ। ਬਿਲਕੁਲ, ਇੱਥੇ ਕਮਿਟਮੈਂਟ ਨਹੀਂ ਹੈ। ਰਮਨਦੀਪ, ਕਿੰਨੀ ਦੇਰ ਹੋ ਗਈ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ? ਅੰਕਲ ਮੈਂ 2010 ਦੇ ਵਿੱਚ ਆਈ ਸੀ ਜੀ ਇੱਥੇ। ਓਕੇ ਓਕੇ, ਬਹੁਤ ਚੰਗੇ ਇਹਨਾਂ ਨੇ ਗੱਲਾਂ ਦੱਸੀਆਂ ਵਾ ਕਿ ਜਿਹੜੀਆਂ ਓਨੈਸਟੀ ਦੀਆਂ ਵੈਲਿਊਜ਼ ਆ ਚੰਗੀ ਐਜੂਕੇਸ਼ਨ ਦੇ ਥਰੂ ਉਹ ਬੱਚਿਆਂ ਦੇ ਵਿੱਚ ਹੀ ਇੰਸਟੇਲ ਕਰਦੀਆਂ ਜਾਂਦੀਆਂ, ਇਹਦੇ ਨਾਲ ਬਹੁਤ ਫਰਕ ਪੈਂਦਾ ਵਾ। ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਉਹ ਵੈਲਿਊਜ਼ ਹੀ ਨਹੀਂ ਦਿੰਦੇ, ਉਹਨਾਂ ਨੂੰ ਕਈ ਵਾਰ ਆਪਣਾ ਝੂਠੀ ਐਪਲੀਕੇਸ਼ਨ ਲਿਖਣ ਵਾਸਤੇ ਜਾਂ ਕਿ ਉਹ ਆਪਾਂ ਨੂੰ ਸ਼ੁਰੂ ਤੋਂ ਉਹਨਾਂ ਨੂੰ ਝੂਠ ਬੋਲਣਾ ਸਿਖਾਉਂਦੇ ਹਾਂ। ਔਰ ਜਿਹੜਾ ਇਨਕਮ ਟੈਕਸ ਦਾ ਉੱਥੇ ਜਿਹੜਾ ਟੈਕਸ ਦਾ ਸਟਰਕਚਰ ਆ ਉਹਦੇ 'ਚ ਟਰਾਂਸਪੇਰੈਂਸੀ ਆ, ਪਾਰਦਰਸ਼ਤਾ ਵਾ। ਸੋ ਇਹ ਗੱਲਾਂ ਜੇ ਲਿਆਂਦੀਆਂ ਜਾਣ ਤਾਂ ਇੱਥੇ ਵੀ, ਔਰ ਸਭ ਤੋਂ ਜ਼ਿਆਦਾ ਜ਼ਰੂਰੀ ਆ ਵੀ ਸਾਡੇ ਪੋਲੀਟੀਸ਼ਨਸ ਦੇ ਵਿੱਚ ਕਮਿਟਮੈਂਟ ਹੋਵੇ। ਮੇਰੇ ਖਿਆਲ ਉਹ ਕਮਿਟਮੈਂਟ ਲਿਆਉਣ ਵਾਸਤੇ ਆਪਾਂ ਸਾਰਿਆਂ ਨੂੰ ਜਾਗਰੂਕ ਹੋਣਾ ਪਊਗਾ। ਬਹੁਤ ਬਹੁਤ ਧੰਨਵਾਦ ਰਮਨਦੀਪ, ਬੜਾ ਚੰਗਾ ਲੱਗਾ ਕਿ ਤੁਸੀਂ ਇਹ ਕੋਸ਼ਿਸ਼ ਕਰਕੇ ਸਾਨੂੰ ਕਾਲ ਕੀਤੀ। ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ। ਹੈਲੋ, ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਪਰਮਜੀਤ ਬੋਲਦਾ ਜੀ, ਕੈਲਗਰੀ ਤੋਂ। ਪਰਮਜੀਤ? ਹਾਂਜੀ ਹਾਂਜੀ ਪਰਮਜੀਤ ਜੀ। ਹਾਂਜੀ ਹਾਂਜੀ ਹਾਂਜੀ, ਦੱਸੋ ਤੁਸੀਂ ਆਉਂਦੇ ਹੋ ਜੀ, ਦੱਸੋ ਆਪਣੇ ਵਿਚਾਰ ਦੱਸੋ। ਹਾਂਜੀ, ਮੈਂ ਕਹਿਣਾ ਚਾਹੁੰਦਾ ਸੀਗਾ ਜਿਹੜੇ ਭੈਣ ਜੀ ਨਿਊਜ਼ੀਲੈਂਡ ਤੋਂ ਸੀ, ਇਹਨਾਂ ਦੇ ਵਿਚਾਰ ਬਹੁਤ ਵਧੀਆ ਸੀ ਜੀ। ਆਈ 100% ਐਗਰੀ ਵਿਦ ਦੈਮ। ਇੱਕ ਜਿਹੜੇ ਪਹਿਲਾਂ ਭਾਈ ਸਾਹਿਬ ਕਹਿ ਕੇ ਗਏ ਸੀ, ਮੁੰਡੇ ਕੁੜੀਆਂ ਨੂੰ ਪੜ੍ਹਾ ਕੇ ਬਾਹਰ ਲਿਆਓ, ਰਿਸ਼ਤੇ ਹੋ ਜਾਣਗੇ, ਦੈਟਸ ਨਾਟ ਗੋਇੰ ਟੂ ਬੀ ਸੋਲਵ ਦਾ ਪੰਜਾਬ ਪ੍ਰੋਬਲਮ। ਐਵਰੀਬਾਡੀ ਨਾਟ ਗੋਇੰ ਟੂ ਮਾਈਗ੍ਰੇਟ ਫਰੋਮ ਦੇਅਰ, ਪੀਪਲ ਆਰ ਸੈਲ ਗੋਇੰ ਟੂ ਲਿਵ ਦੇਅਰ, ਦੇ ਹੈਵ ਟੂ ਚੇਂਜ ਦਾ ਸਿਸਟਮ ਦੇਅਰ, ਰਾਈਟ? ਇਹ ਵੈਸੇ ਬਿਲਕੁਲ ਪਰਮਜੀਤ ਜੀ, ਅਸੀਂ ਵੀ ਕਮਿਟਡ ਹਾਂ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜੇ ਸਿਸਟਮ ਦੇ ਵਿੱਚ ਇਹੋ ਜਿਹੀ ਚੇਂਜ ਲਿਆਂਦੀ ਜਾਵੇ ਵੀ ਕਿਸੇ ਨੂੰ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਨਾ ਜਾਣਾ ਪਵੇ। ਸਿਸਟਮ ਇੱਥੇ ਇਹੋ ਜਿਹਾ ਕ੍ਰੀਏਟ ਕਰੀਏ ਵੀ ਲੋਕ ਇੱਥੇ ਹੀ ਉਹਨਾਂ ਦਾ ਚੰਗਾ ਗੁਜ਼ਾਰਾ ਚੱਲੇ, ਇੱਥੇ ਉਹਨਾਂ ਨੂੰ ਆਪਣੀ ਆਪਣੇ ਮੁਲਕ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਆਪਣੇ ਰਾਜ ਦੇ ਵਿੱਚ, ਆਪਣੇ ਪਰਿਵਾਰਾਂ ਦੇ ਨਾਲ ਪਿੰਡਾਂ ਦੇ ਵਿੱਚ ਰਹਿ ਕੇ ਜਾਂ ਸ਼ਹਿਰਾਂ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣ, ਬਾਹਰ ਜਾਣ ਸਿਰਫ ਆਪਣੀ ਬਿਹਤਰੀ ਵਾਸਤੇ। ਸੋ ਇਹੋ ਜਿਹਾ ਸਿਸਟਮ ਕ੍ਰੀਏਟ ਕਰਨਾ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਜੀ, ਇਹਨਾਂ ਮੁਲਕਾਂ ਦੇ ਵਿੱਚ ਹਰ ਇੱਕ ਪੋਲੀਟੀਸ਼ੀਅਨ ਦੀ, ਈਵਨ ਜਿਹੜੇ ਗੌਰਮੈਂਟ ਸਰਵਿਸ ਇੰਪਲਾਈਜ਼ ਹੈ ਜੀ, ਉਹਨਾਂ ਦੇ ਖਰਚੇ, ਉਹਨਾਂ ਦੀ ਤਨਖਾਹ ਔਨਲਾਈਨ ਪੋਸਟ ਹੁੰਦੀ ਆ, ਹਰ ਕਿਸੇ ਦਾ ਤੁਸੀਂ ਦੇਖ ਸਕਦੇ ਹੋ। ਅਤੇ ਇੱਥੇ ਕੋਈ ਵੀ ਜਿਹੜਾ ਲਾ ਐਂਡ ਆਰਡਰ ਦੇ ਹਿਸਾਬ ਨਾਲ ਹਰ ਇੱਕ ਬੰਦੇ ਦਾ ਸੇਮ ਟ੍ਰੀਟਮੈਂਟ ਹੈ। ਪੋਲੀਟੀਸ਼ੀਅਨਾਂ ਨੂੰ ਵੀ ਉਹੀ ਟਿਕਟਾਂ ਮਿਲਦੀਆਂ ਸਪੀਡ ਦੀਆਂ ਜੋ ਮੈਨੂੰ ਤੁਹਾਨੂੰ ਮਿਲਦੀਆਂ ਨੇ, ਜਾਂ ਕੋਈ ਵੀ ਜਿਸ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਉਹਨੂੰ ਉਸੇ ਤਰ੍ਹਾਂ ਦੇ ਚਾਰਜ ਲੱਗਦੇ ਨੇ। ਜੇ ਤਾਂ ਉਹ ਇਨੋਸੈਂਟ ਹੁੰਦਾ ਤਾਂ ਉਹ ਬਰੀ ਹੁੰਦਾ, ਜੇ ਉਹ ਕ੍ਰਿਮੀਨਲ ਪਾਇਆ ਜਾਂਦਾ ਤਾਂ ਉਹਨੂੰ ਸਜ਼ਾ ਮਿਲਦੀ ਹੈ। ਉੱਥੇ ਕਿਸੇ ਬਾਦਲ ਦੀ ਜਾਂ ਕਿਸੇ ਟਰੂਡੋ ਦੀ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਕੰਮ ਕਰਦੀ ਗੀ। ਦੈਟਸ ਦਾ ਵੇ ਯੂ ਡਿਵੈਲਪ ਦਾ ਸਿਸਟਮ ਇਨ ਪੰਜਾਬ। ਆਈ ਐਮ ਸ਼ੋਰ ਦਾ ਪੰਜਾਬ ਵਿਲ ਬੀ ਵਨ ਡੇ ਬੈਟਰ ਦੈਨ ਦੀਜ਼ ਕੰਟਰੀਜ਼ ਐਫ ਆਲ ਦੀਜ਼ ਥਿੰਗਸ ਕੈਨ ਹੈਪਨ ਦੇਅਰ। ਮਿਹਰਬਾਨੀ ਮਿਹਰਬਾਨੀ, ਸਹੀ ਕਿਹਾ ਤੁਸੀਂ। ਇੱਥੇ ਵੀ ਵੈਸੇ ਜਿਹੜੇ ਅਫਸਰ ਆ, ਪੋਲੀਟੀਸ਼ੀਅਨਸ ਆ, ਉਹਨਾਂ ਨੂੰ ਆਪਣੀਆਂ ਸਟੇਟਮੈਂਟਸ ਔਨਲਾਈਨ ਕਰਨੀਆਂ ਪੈਂਦੀਆਂ ਵਾ, ਵੇਰਵੇ ਦੇਣੇ ਪੈਂਦੇ ਹਰ ਸਾਲ। ਲੇਕਿਨ ਕਿਉਂਕਿ ਇੱਥੇ ਕੈਸ਼ ਟ੍ਰਾਂਜੈਕਸ਼ਨਸ ਦਾ ਸਿਸਟਮ ਹਾਲੀ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ ਵਾ, ਇਹ ਭ੍ਰਿਸ਼ਟਾਚਾਰ ਦੇ ਉੱਤੇ ਕੋਈ ਬਹੁਤੀ ਅਸੀਂ ਸਿਸਟਮ ਦੇ ਚੇਂਜ ਹਾਲੇ ਤੱਕ ਨਹੀਂ ਲਿਆ ਸਕੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ। ਹਾਂਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰਵਿੰਦਰਪਾਲ ਸਿੰਘ ਬੋਲ ਰਿਹਾ USA ਤੋਂ, ਵਰਜੀਨੀਆ ਸਟੇਟ ਤੋਂ ਜੀ। ਰਵਿੰਦਰਪਾਲ ਸਿੰਘ ਜੀ ਕਿੱਥੋਂ? ਵਰਜੀਨੀਆ ਤੋਂ? ਵਰਜੀਨੀਆ ਸਟੇਟ ਤੋਂ, ਪਿੱਛੋਂ ਬਿਲੋਂਗ ਕਰਦਾ ਮੈਂ ਮੋਹਾਲੀ ਨੂੰ। ਵੈਰੀ ਗੁੱਡ। ਹਾਂਜੀ ਰਵਿੰਦਰਪਾਲ ਜੀ। ਹਾਂਜੀ,
ਸਿੰਘ ਹੈ ਮੈਂ ਰਵਿੰਦਰਪਾਲ, ਨਾਟ ਓਨਲੀ ਰਵਿੰਦਰਪਾਲ, ਆਈ ਐਮ ਸਿੰਘ ਆਲਸੋ ਰਵਿੰਦਰਪਾਲ ਸਿੰਘ ਜੀ। ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ ਹਾਂਜੀ, ਅੱਜ ਤੁਹਾਡਾ ਮਹਾਰਾਜ ਪਟਿਆਲੇ ਦਾ ਇੱਥੇ ਆਉਣ ਦਾ ਸੀ ਪ੍ਰੋਗਰਾਮ ਦਾ, ਤੁਸੀਂ ਦੱਸ ਰਹੇ ਸੀ ਅੱਜ। ਨਹੀਂ ਉਹ ਇਸ ਵੇਲੇ ਨੌਰਥ ਅਮਰੀਕਾ ਆਏ ਆ ਜੀ, ਹੁਣ ਇਸ ਵੇਲੇ ਪਤਾ ਨਹੀਂ ਕਿੱਥੇ ਐਗਜੈਕਟਲੀ ਕਿਹੜੀ ਜਗ੍ਹਾ ਦੇ ਵਿੱਚ ਹੈਗੇ ਆ, ਸ਼ਿਕਾਗੋ ਤੋਂ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਜੀ। ਅੱਛਾ ਜੀ, ਪਰ ਮੇਰੇ ਆਪਣੇ ਵਿਊਜ਼ ਤਾਂ ਇਹ ਹੈਗੇ ਆ ਬਈ ਉਹ ਆਪਣਾ ਇੰਨੀਆਂ ਕੋਈ ਖਾਸ ਇੱਥੋਂ ਸੀਟਾਂ ਤਾਂ ਲੈ ਕੇ ਜਾ ਸਕਣਗੇ ਜੀ। ਹਾਂਜੀ, ਅਤੇ ਉਹੀ ਹੈ ਬਈ ਇੱਕ ਅੱਧੀ ਸੀਟ ਜਿਹੜੀ ਉਹਨੂੰ ਰਜਵਾੜਿਆਂ ਵਾਲੀ ਹੈਗੀ ਆ ਉਹ ਮਿਲ ਜਾਏਗੀ ਉਹਨਾਂ ਨੂੰ, ਅਦਰਵਾਈਜ਼ ਤਾਂ ਮੈਨੂੰ ਤਾਂ ਕੋਈ ਉਮੀਦ ਨਹੀਂ ਹੈਗੀ ਜੀ। ਰਵਿੰਦਰਪਾਲ ਸਿੰਘ ਜੀ ਦੱਸੋ, ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਹਾਂ, ਇਹਦੇ 'ਤੇ ਕਿਵੇਂ ਠੱਲ ਪਾਈ ਜਾ ਸਕਦੀ, ਨੱਥ ਪਾਈ ਜਾ ਸਕਦੀ? ਭ੍ਰਿਸ਼ਟਾਚਾਰ ਤਾਂ ਤੁਹਾਡੇ ਇੱਥੇ ਇੰਨਾ ਹੈਗਾ ਜਿਹੜਾ ਰਹੇ ਰੱਬ ਦਾ ਨਾਮ ਜੀ। ਹਾਂਜੀ, ਇਹਦਾ ਤਾਂ ਇਹਦਾ ਮੁਕਾਇਆ ਹੀ ਨਹੀਂ ਜਾ ਸਕਦਾ। ਹੁਣ ਮੈਂ ਇੱਥੇ ਅਕਤੂਬਰ ਆਪਣਾ ਅਕਤੂਬਰ ਤੋਂ ਦਸੰਬਰ ਤੱਕ ਮੈਂ ਆਪਣੇ ਘਰ ਰਿਹਾ ਇੱਥੇ ਮੋਹਾਲੀ, ਅਤੇ ਜਿਹੜਾ ਨਹੀਂ ਵੀ ਹੈਗਾ ਉਹ ਵੀ ਕਹਿੰਦਾ ਲਿਆਓ ਜੀ ਪੈਸੇ, ਹੇਠਾਂ ਤੋਂ ਲੈ ਕੇ ਪੀ ਐਨ ਤੋਂ ਲੈ ਕੇ ਡੀ ਸੀ ਤੱਕ ਪੈਸੇ ਚੱਲਦੇ ਆ ਜੀ। ਓਕੇ ਓਕੇ, ਹਾਂਜੀ, ਕੋਸ਼ਿਸ਼ ਤਾਂ ਆਪਾਂ ਕਰਨੀ ਚਾਹੀਦੀ ਜੀ, ਸ਼ੁਰੂਆਤ ਜੇ ਕੋਈ ਹੋ ਕੋਸ਼ਿਸ਼ ਕਰਨੀ ਚਾਹੀਦੀ। ਮੇਰੇ ਫਾਦਰ ਇੱਥੇ ਰਹਿੰਦੇ, ਕੋਈ ਮਤਲਬ ਉਹਨਾਂ ਨੇ ਕਦੇ ਕਿਸੇ ਤੋਂ ਮਤਲਬ ਪੈਸੇ ਉਹ ਦੇਣ ਦੇ ਹੱਕ 'ਚ ਨਹੀਂ, ਲੈਣ ਦੇ ਹੱਕ 'ਚ ਨਹੀਂ, ਪਰ ਮੈਨੂੰ ਵੀ ਮੈਂ ਆਪਣੀ ਰਜਿਸਟਰੀ ਕਰਾਉਣੀ ਸੀ ਘਰ ਦੀ, ਮੈਂ ਕੋਈ ਘੱਟੋ ਘੱਟ ਸਿਫਾਰਿਸ਼ਾਂ ਪਵਾ ਕੇ ਵੀ ਨਾਲਾ ਕੇ, ਹਾਲਾਂਕਿ ਮੈਂ ਆਪ ਵੀ ਡਿਪਟੀ ਕੁਲੈਕਟਰ ਰਿਟਾਇਰ ਹੈ, ਮੇਰੇ ਕਈ ਵਾਕਫ ਹੈ ਅਫਸਰ, ਅਤੇ ਉਹਨਾਂ ਤੋਂ ਮੈਂ ਸਿਫਾਰਿਸ਼ਾਂ ਪਵਾ ਪਵਾ ਕੇ ਤਾਂ ਵੀ ਮੇਰਾ 50,000 ਰੁਪਇਆ ਖਰਚ ਹੋਇਆ ਜੀ। ਓਕੇ, ਵੈਰੀ ਅਨਫੋਰਚੁਨੇਟ। ਚਲੋ ਭਾਈ ਸਾਹਿਬ, ਆਪਾਂ ਕੋਸ਼ਿਸ਼, ਮੈਂ ਮਤਲਬ ਹੁਣ ਮੇਰੇ ਬੱਚੇ ਇੱਥੇ ਰਹਿੰਦੇ ਆ, ਮੈਨੂੰ ਆਉਣਾ ਪੈਂਦਾ ਇੱਥੇ, ਮੈਂ ਇੱਥੇ ਸਿਟੀਜ਼ਨ ਵੀ ਬਣ ਗਿਆ, ਪਰ ਮੈਨੂੰ ਆਈ ਐਮ ਨੋਟ ਸੈਟਿਸਫਾਈਡ ਵਿਦ ਦਿਸ ਸਿਸਟਮ। ਮੈਂ ਆਪ ਇੱਥੇ ਵੀ ਨੌਕਰੀ ਕਰਕੇ ਗਿਆ, ਮੈਂ ਸੈਟਿਸਫਾਈਡ ਨਹੀਂ ਹੈਗਾ, ਨਾ ਮੇਰੀ ਵਾਈਫ ਸੈਟਿਸਫਾਈ ਹੈ। ਓਕੇ, ਉਹ ਵੀ ਇੱਥੇ ਲੈਕਚਰ ਰਹੇ ਹੈ ਮੋਹਾਲੀ, ਅਤੇ ਮਤਲਬ ਸਾਡਾ ਦੋਨਾਂ ਦਾ ਵੀ ਆਰ ਡਿਸਅਪੁਆਇੰਟਡ। ਓਕੇ ਓਕੇ, ਬਹੁਤ ਮਿਹਰਬਾਨੀ ਭਾਈ ਸਾਹਿਬ, ਤੁਸੀਂ ਆਪਣੀਆਂ ਐਕਸਪੀਰੀਅੰਸਿਸ ਸ਼ੇਅਰ ਕੀਤੇ, ਆਪਣੇ ਵਿਊਜ਼ ਸਾਡੇ ਨਾਲ ਸ਼ੇਅਰ ਕੀਤੇ। ਅਸੀਂ ਅੱਜ ਵਿਚਾਰ ਰਹੇ ਹਾਂ ਕਿ ਸਾਡੇ ਇੱਥੇ ਭ੍ਰਿਸ਼ਟਾਚਾਰ ਦੇ ਉੱਪਰ ਖਿਲਾਫ਼ ਜ਼ੀਰੋ ਟੋਲਰੈਂਸ ਕਿਉਂ ਨਹੀਂ ਹੈ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਹੈ। ਮੇਰੇ ਖਿਆਲ ਇਹਦਾ ਮੁੱਖ ਕਾਰਨ ਹੈ ਕਿ ਸਿਆਸੀ ਲੀਡਰ ਹੀ ਆਪਣੇ ਖਿਲਾਫ਼ ਆਰੋਪਾਂ ਦਾ ਫੈਸਲਾ ਕਰਦੇ ਆ, ਉੱਤੋਂ ਸ਼ੁਰੂ ਹੁੰਦੀ ਹੈ ਜਿਹੜੀ ਕਰਪਸ਼ਨ ਹੈ। ਇੱਕ ਸਹੀ ਕਾਨੂੰਨ ਯਾਨੀ ਜਨ ਲੋਕਪਾਲ ਹਾਲੇ ਤੱਕ ਨਹੀਂ ਬਣ ਸਕਿਆ, ਇਹਦੇ ਪਿੱਛੇ ਵੀ ਬਹੁਤ ਸਾਰੇ ਰਾਜਸੀ ਲੀਡਰਾਂ ਦੀ ਮਿਲੀ ਭੁਗਤ ਜਾਪਦੀ ਹੈ। ਇਹ ਸਿਰਫ ਕੇਂਦਰ ਸਰਕਾਰ 'ਚ ਨਹੀਂ, ਰਾਜਾਂ ਦੇ ਵਿੱਚ ਵੀ ਉਹੀ ਹਾਲ ਆ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਮੇਰੇ ਖਿਆਲ ਆ ਹੁਣ ਸਮਾਂ ਆ ਗਿਆ ਵਾ ਕਿ ਆਪਣੀ ਆਵਾਜ਼ ਬੁਲੰਦ ਕਰਨ, ਆਪਣੀ ਆਵਾਜ਼ ਚੁੱਕਣ, ਇਹੋ ਹੀ ਸਾਡੇ ਹਿੱਤ ਦੇ ਵਿੱਚ ਹੋਊਗਾ। ਹੁਣ ਆਪਾਂ, ਅੱਜ ਦਾ ਸਮਾਂ ਖਤਮ ਹੋ ਗਿਆ, ਸੋ ਅੱਜ ਆਪਾਂ ਹੋਰ ਗੱਲ ਨਹੀਂ ਕਰ ਸਕਦੇ। ਕੱਲ੍ਹ ਆਪਾਂ ਸਿਆਸਤ ਤੋਂ ਹਟ ਕੇ ਗੱਲ ਕਰਨੀ ਆ। ਅੱਜ ਕੱਲ੍ਹ ਤੁਸੀਂ ਸੁਣਿਆ ਹੀ ਹੋਊਗਾ ਕਿ ਬੇਮੁੱਲਾ ਹੀਰਾ ਜਿਹੜਾ ਵਾ, ਕੋਹੀਨੂਰ, ਪ੍ਰਾਈਸਲੈਸ ਡਾਇਮੰਡ ਜਿਹੜਾ ਕੋਹੀਨੂਰ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਬਾਅਦ ਇਸ ਨੂੰ ਇੰਗਲੈਂਡ ਦੀ ਰਾਣੀ ਯਾਨੀ ਕੁਈਨ ਆਫ ਇੰਗਲੈਂਡ ਨੂੰ ਮਹਾਰਾਜਾ ਦਲੀਪ ਸਿੰਘ, ਜੋ ਬੱਚੇ ਸਨ ਐਕਚੁਅਲੀ, ਉਹਨਾਂ ਨੇ ਤੋਹਫੇ ਵਜੋਂ ਸੌਂਪ ਦਿੱਤਾ। ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹ ਕੀ ਤੋਹਫਾ ਦੇ ਰਿਹਾ। ਕੀ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਇਸ ਨੂੰ ਵਾਪਸ ਭਾਰਤ ਅਤੇ ਪੰਜਾਬ ਨੂੰ ਸੌਂਪ ਦੇਣਾ ਚਾਹੀਦਾ ਵਾ? ਇਹਦੇ ਬਾਰੇ ਆਪਾਂ ਕੱਲ੍ਹ ਗੱਲ ਕਰਾਂਗੇ, ਇਹ ਆਪਾਂ ਕੱਲ੍ਹ ਵਿਚਾਰਾਂਗੇ ਕਿ ਕੋਹੀਨੂਰ ਨੂੰ ਵਾਪਸ ਇੰਡੀਆ ਔਰ ਪੰਜਾਬ ਰਿਟਰਨ ਕਰ ਦੇਣਾ ਚਾਹੀਦਾ ਵਾ। ਸੋ ਅੱਜ ਇੰਨਾ ਹੀ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰੱਖਾ।